ਅੰਬਰਾਂ ਚੋਂ ਦਿਸਦਾ ਇਹ ਆ ਬਾਈ ਮਿਹਰਬਾਨ ਸਿੰਘ ਦਾ ਫਾਰਮ ਇਹ ਸਹੀ ਮਾਇਨੇ ਆ ਚ ਫਾਰਮ ਹਾਊਸ ਆ ਇਸ ਫਾਰਮ ਦੇ ਹਰ ਕਤਰੇ ਤੇ ਬਾਈ ਮਿਹਰਬਾਨ ਦੀ ਮਿਹਨਤ ਦਿਸਦੀ ਆ ਮਿੱਟੀ ਪਾਣੀ ਤੇ ਚੰਨ ਨੂੰ ਸਮਝ ਕੇ ਬਾਈ ਨੇ ਖੇਤਾਂ ਚ ਰੰਗ ਬੰਨਤਾ ਬਾਈ ਇੱਕ ਵਾਰੀ ਇੰਗਲੈਂਡ ਗਿਆ ਸੀ ਉੱਥੇ ਇਹਨੇ ਇਹੋ ਜਿਹਾ ਫਾਰਮ ਦੇਖਿਆ ਬਸ ਫੇਰ ਕੀ ਸੀ ਪਿੰਡ ਮੁੜਿਆ ਤੇ ਆਪਦੇ ਖੇਤਾਂ 'ਚ ਉਹੋ ਜਿਹਾ ਫਾਰਮ ਬਣਾਤਾ ਇਹ ਬਾਈ ਖੇਤੀ ਨਹੀਂ ਕਰਦਾ ਇਹ ਤਾਂ ਖੇਤੀ ਨੂੰ ਜਿਉਂਦਾ ਹੈ ਆਓ ਖੇਤੀ ਨੂੰ ਜਿਉਣ ਵਾਲੇ ਬਾਈ ਮਿਹਰਬਾਨ ਸਿੰਘ ਦੀ ਇਸ ਕਹਾਣੀ ਨੂੰ ਦੇਖੋ ਸੇ ਜੁੜੇ ਹੋਏ ਅੱਖਰ ਦੇ ਨਾਲ ਤੇ ਮੈਂ ਆ ਨਵਰੀਤ ਸਵੀਆ ਅੱਜ ਇੱਕ ਵਧੀਆ ਕਹਾਣੀ ਸਕੂਨ ਦੇਣ ਵਾਲੀ ਕਹਾਣੀ ਜਿਸ ਕਹਾਣੀ ਦੇ ਵਿੱਚ ਅਸੀਂ ਬੰਦੇ ਦੀ ਸ਼ਖਸੀਅਤ ਬਾਰੇ ਤਾਂ ਗੱਲਾਂ ਕਰਾਂਗੇ ਪਰ ਉਹ ਤੋਂ ਵੀ ਵਧੀਆ ਇੱਕ ਵੱਡਾ ਕਨਸੈਪਟ ਖੇਤੀ ਨੂੰ ਜਿਉਉਣ ਦਾ ਕਨਸੈਪਟ ਕੀ ਹੈ ਖੇਤੀ ਰਹੀ ਕਿ ਜਿਉਆ ਜਾ ਸਕਦਾ ਅਸੀਂ ਦਿਨਤਾ ਕੱਢਦੇ ਆਂ ਜਿਉਣੇ ਆਂ ਪਰ ਖੇਤੀ ਲਾਈਫ ਸਟਾਈਲ ਕਿਵੇਂ ਆ ਇਹਦੇ ਤੇ ਅੱਜ ਗੱਲ ਕਰਾਂਗੇ ਮੇਰੇ ਨਾਲ ਬਾਈ ਮਿਹਰਬਾਨ ਸਿੰਘ ਨਹੀਂ ਸਸੀ ਗੱਲ ਹੋਈ ਸਸੀ ਗੱਲ ਬਾਈ ਜੀ ਤੁਹਾਡਾ ਬਹੁਤ-ਬਹੁਤ ਜੀ ਆਇਆਂ ਨੂੰ ਫਾਰਮ ਤੇ ਸ਼ੁਕਰੀਆ ਐਨੀਆਂ ਮੈਂ ਤੁਹਾਡੀਆਂ ਨਾ ਬਾਈ ਦਵਿੰਦਰ ਤੋਂ ਗੱਲਾਂ ਸੁਣਦਾ ਅੱਛਾ ਬਾਈ ਹੈਨਾ ਜਦੋਂ ਅਸੀਂ ਬਹਿ ਜਗੇ ਇਕੱਠੇ ਹਾਂ ਬਾਈ ਬਾਈ ਨੇ ਮੁਰਕੜ ਗੱਲ ਵੀ ਬਾਈ ਨੂੰ ਕਹੇ ਐਵੇਂ ਵੀ ਮੈਂ ਕਹਦਾ ਵੀ ਯਾਰ ਫਲਾਣੇ ਦੇਸ਼ ਦਾ ਨਾ ਰਾਸ਼ਟਰਪਤੀ ਮਹਾਨ ਬੰਦਾ ਹੈ ਹਾਂ ਹਾਂ ਵੀਰੇ ਨੇ ਕਹਿਣਾ ਵੀ ਮਹਾਨਤਾ ਤੋਂ ਯਾਰ ਆਇਆ ਮਿਹਰਬਾਨ ਸਿੰਘ ਪਿਆਰ ਦੀ ਗੱਲ ਹੁੰਦੀ ਹੈ ਹਨਾ ਇੱਕ ਦੂਜੇ ਨਾਲ ਪਿਆਰ ਪੈ ਜਾਣਾ ਹਨਾ ਮਤ ਇੱਕ ਤੁਸੀਂ ਕਹਿ ਲੋ ਪ੍ਰੇਮ ਮੁਹੱਬਤ ਇਹ ਹਰ ਕਿਸੇ ਨਾਲ ਹੋ ਸਕਦੀ ਹੈ ਬੇਲ ਬੂਟੇ ਸਭ ਕਿਸੇ ਨਾਲ ਇਨਸਾਨ ਨਾਲ ਤੁਹਾਡੇ ਦੋਸਤ ਨਾਲ ਵੀ ਹੋ ਸਕਦੀ ਹੈ ਸਾਡਾ ਆਪਸ ਵਿੱਚ ਇੰਨਾ ਕੁ ਪਿਆਰ ਹੈ ਮੈਂ ਤੈਨੂੰ ਕੀ ਦੱਸਾਂ ਭਰਾਵਾ ਅਸੀਂ ਦਿਨ ਚ ਸਾਰਾ ਦਿਨ ਫੋਨ ਤੇ ਲੱਗੇ ਰਹਿੰਦੇ ਹਾਂ ਕਈ ਵਾਰ ਮੈਨੂੰ ਆਪਣੇ ਬੱਚੇ ਮੇਰੀ ਵਾਈਫ ਪੁੱਛਦੇ ਆ ਵੀ ਤੁਹਾਡੇ ਲੋਵੇ ਇੰਨੀਆਂ ਕਿਹੜੀਆਂ ਗੱਲਾਂ ਨੇ ਜਿਹੜੀਆਂ ਤੁਹਾਡੀਆਂ ਮੁੱਕ ਜਿਐ ਨਹੀਂ ਤੁਸੀਂ ਸਾਰਾ ਦਿਨ ਫੋਨ ਤੇ ਸਾਰਾ ਦਿਨ ਫੋਨ ਤੇ ਕੀ ਗੱਲਾਂ ਕਰਦੇ ਹੋ ਤੁਸੀਂ ਉਹ ਬਈ ਗੱਲਾਂ ਆਪਣੀ ਖੇਤੀ ਬਾਰੇ ਆਪਣੇ ਜੀਵਨ ਬਾਰੇ ਇਸ ਨੂੰ ਸਵਾਰਨ ਵਾਸਤੇ ਹੋਰ ਕਿਵੇਂ ਚੰਗਾ ਹੋ ਸਕਦਾ ਨੇਚਰ ਨਾਲ ਕਿਵੇਂ ਜੁੜਿਆ ਜਾ ਸਕਦਾ ਕਿਵੇਂ ਚੰਗੇ ਕੰਮ ਕਿਵੇਂ ਕੀਤੇ ਜਾ ਸਕਦੇ ਨੇ ਮੁੱਕਦੀ ਨਹੀਂ ਗੱਲਾਂ ਸਾਡੇ ਆਪਸ ਚ ਅਸੀਂ ਐਨੇ ਇੱਕ ਦੂਜੇ ਦੇ ਨੇੜੇ ਆ ਚੁੱਕੇ ਹਾਂ ਸਾਨੂੰ 20 ਸਾਲ ਹੋ ਗਏ ਮਿਲਿਆ ਨੂੰ ਸਾਡੇ ਚ ਹੋਰ ਪਿਆਰ ਵਧ ਰਿਹਾ ਆਲੇ ਆਪਣੇ ਜ਼ਿਮੀਦਾਰਾਂ ਕੋਲੇ ਕਿਹੜੀਆਂ ਗੱਲਾਂ ਹੁੰਦੀਆਂ ਕੰਧਾਂ ਕੌਲਿਆਂ ਦੀਆਂ ਗੱਲਾਂ ਜਾਂ ਵਟਾਂ ਡੌਲਿਆਂ ਦੀਆਂ ਗੱਲਾਂ ਬਿਲਕੁਲ 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 ਜਿਹੜੀ ਗੱਲ ਮੁੱਕ ਜਾਂਦੀ ਹੈ ਹਾਂ ਹਾਂ ਤੇ ਉਹ ਹੁਣ ਜਿਵੇਂ ਮੈਂ ਬਾਈ ਕੋਲੇ ਆਇਆ ਆਇਆ ਤਾਂ ਮੈਂ ਸ਼ੋਅ ਕਰਨਾ ਬਿਲਕੁਲ ਤੇ ਆਪਾਂ ਮੈਨੂੰ ਲੱਗਦਾ 2 ਘੰਟੇ ਹੋ ਗਏ ਮੈਨੂੰ ਆਏ ਨੂੰ ਤੇ ਸਾਰੀਆਂ ਗੱਲਾਂ ਹੀ ਹਾਲਾਂਕਿ ਸ਼ੋਅ ਵੀ ਖੇਤੀਬਾੜੀ ਤੇ ਸੀ ਪਰ ਅਸੀਂ ਕਿਹੜੀ ਚੀਜ਼ ਬਾਈ ਤੁਸੀਂ ਕਿਹੜੀ ਦਵਾਈ ਪਾਉਣੀ ਹੋ ਕਿਹੜੀ ਵੀ ਕੀ ਰਿਜ਼ਲਟ ਆ ਇੱਚੀ ਗੱਲਾਂ ਉਹ ਇਹ ਚੀਜ਼ ਹੀ ਖੇਤੀਬਾੜੀ ਇੰਨੀ ਸੋਹਣੀ ਆ ਤਾਂ ਪਹਿਲੀ ਗੱਲ ਤਾਂ ਬਹੁਤ-ਬਹੁਤ ਤੁਹਾਨੂੰ ਮੈਂ ਇਸ ਲਈ ਮੁਬਾਰਕਬਾਦ ਇੱਕ ਦਿੰਨਾ ਕਿ ਤੁਸੀਂ ਬਹੁਤ ਵਧੀਆ ਆ ਚੀਜ਼ ਨੂੰ ਬਣਾਇਆ ਫਾਰਮ ਬਹੁਤ ਸੋਹਣਾ ਤੁਹਾਡਾ ਤੇ ਫਾਰਮ ਚ ਹਾਊਸ ਤੁਹਾਡਾ ਫਾਰਮ ਹਾਊਸ ਵੀ ਸੋਹਣਾ ਬਿਲਕੁਲ ਉਹਦਾ ਛੋਟਾ-ਛੋਟਾ ਬਹੁਤ ਧੰਨਵਾਦ ਪਰ ਇੰਨੇ SLAGHAJOG ਨਹੀਂ ਹੈਗੇ ਅਸੀਂ ਤੁਸੀਂ ਬਹੁਤ ਸਾਡੀ SLAGHA ਕਰ ਰਹੇ ਹੋ ਨਹੀਂ ਨਹੀਂ ਬਾਈ ਖੇਤੀ ਨੂੰ ਜੌ ਰਹੇ ਹੋ ਤੁਸੀਂ ਆ ਤੁਹਾਡਾ ਖੇਤ ਆ ਆ ਤੁਹਾਡਾ ਘਰ ਆ ਦੋਨਾਂ ਦਾ ਫਰਕ ਪਤਾ ਕਿੰਨਾ 10 ਕਰਮਾਂ ਦਾ ਸਾਡੇ ਵਾਲੇ ਪਾਸੇ ਸਿੱਕਰਮਾ ਚ ਬੜੀ ਮਹੱਤਵਪੂਰਨ ਫੱਟਾ ਹੈ ਨਾ ਤੇ ਵਾਹਿਗੁਰੂ ਦੀ ਕਿਰਪਾ ਹੈ ਵਾਹਿਗੁਰੂ ਦੀ ਕਿਰਪਾ ਕੋਈ ਇਹ ਨਾ ਮਾਈਂਡ ਚ ਰੱਖ ਕੇ ਨਹੀਂ ਕੋਈ ਡਿਜ਼ਾਈਨ ਕੀਤਾ ਸਿਸਟਮ ਵੀ ਕੋਈ ਮੈਂ ਇਦਾਂ ਡਿਜ਼ਾਈਨ ਕਰਾਂ ਤਾਂ ਇਦਾਂ ਹੋਵੇ ਕੁਦਰਤ ਵੱਲੋਂ ਹੋਇਆ ਹੈ ਇਹ ਪਿੰਡ ਕਿਹੜਾ ਵੈਸੇ ਸਹੌਲੀ ਸਹੌਲੀ ਮੈਂ ਫਿਰ ਭੁੱਲੇ ਜਾਨਾ ਸਹੌਲੀ ਸਹੌਲੀ ਜ਼ਿਲ੍ਹਾ ਪਟਿਆਲਾ ਹਾਂ ਨਾ ਤੇ ਵਾਈ ਦੀ ਕਹਾਣੀ ਰੋਚਕਾ ਉਹ ਤੋਂ ਵੀ ਰੋਚਕਾ ਇੱਥੇ ਹਰ ਇੱਕ ਚੀਜ਼ ਆ ਜਿਹੜੀ ਬਾਈ ਨੇ ਤਿਆਰ ਕਰੀ ਕਿਸੇ 'ਚ ਘਾਟਾ ਖਾਦਾ ਕਿਸੇ 'ਚ ਫਾਇਦਾ ਵੀ ਹੋਇਆ ਹਾਂਜੀ ਪਰ ਇੱਕਸਾਰ ਆ ਵੀ ਲੱਗੇ ਰੇ ਹੜੇ ਨਹੀਂ ਡਟੇ ਰੇ ਡਟੇ ਰੇ ਹਾਂ ਉਹ ਕਹਿੰਦੇ ਨੇ ਡਟੇ ਰੇ ਹਾਂ ਹਾਂ ਬਿਲਕੁਲ ਭਾਈ ਤੇ ਆਹ ਪਹਿਲਾਂ ਹੁਣ ਆਈ ਦੱਸੋ ਖੀਰਿਆਂ ਦੀ ਖੇਤੀ ਵੱਲ ਹਾਂਜੀ ਮਤਲਬ ਬਾਈ ਦਾ ਹਾਲੇ ਆ ਇੱਥੇ ਰੂੜੀ ਤੇ ਵੀ ਖੀਰੇ ਸਿੱਟੀ ਬੈਠਾ ਮੈਂ ਦੇਖਿਆ ਹਰ ਜਗ੍ਹਾ ਖੀਰੇ ਖੀਰਾ ਦਿਖਦਾ ਹਰ ਰੱਖੀ ਰੱਖੀ ਬਿਲਕੁਲ ਬਿਲਕੁਲ ਇੱਧਰ ਤੁਸੀਂ ਕਿਵੇਂ ਆਏ ਖੇਰਿਆਂ ਦੀ ਖੇਤੀ ਵਾਲੀ ਨਹੀਂ ਪਹਿਲਾਂ ਆਪਾਂ ਉੱਥੋਂ ਵੀ ਛੱਡਦੇ ਆ ਹਾਂਜੀ ਉਸੇ ਖੇਤੀ ਵਾਲੀ ਕਿਵੇਂ ਆ ਗਏ ਕਿਉਂਕਿ ਇਹ ਵੀ ਤਾਂ ਹੁੰਦਾ ਨਾ ਆਪਾਂ ਪੜਦੇ ਹੁੰਨੇ ਆ ਬਿਲਕੁਲ ਪੜਦੇ ਸੀ ਬਿਲਕੁਲ ਬਹੁਤ ਕਹਾਣੀਆਂ ਜਿਹੜੀ ਤੁਸੀਂ ਕਰ ਲਿਓਂਦਾ ਅਸਲ ਨਾਲ ਮੇਰੇ ਫਾਦਰ ਸਾਹਿਬ ਦੀ ਹੋ ਗਈ ਡੈਥ ਮੈਂ 8th ਕਲਾਸ ਪੜਦਾ ਸੀ ਓਕੇ ਜੀ ਉਸ ਤੋਂ ਬਾਅਦ ਮੇਰਾ ਵੱਡਾ ਬ੍ਰਦਰ ਵੀ ਹੈਗਾ ਇੱਕ ਜੀ ਦੇਖੋ ਕੰਮ ਤਾਂ ਵੱਡੇ ਨੂੰ ਸੰਭਾਲਣਾ ਚਾਹੀਦਾ ਸੀ ਹਾਂ ਉਹ ਥੋੜਾ ਬੇਫਿਕਰਾ ਹੋਣ ਦੇ ਕਰਕੇ ਮੈਨੂੰ ਕੰਮ ਸੰਭਾਲਣਾ ਪਿਆ ਸਾਰਾ ਟੋਟਲ ਖੇਤੀ ਦਾ ਠੀਕ ਹੈ ਜੀ ਖੇਤੀ ਦੇ ਵਿੱਚ ਮੈਂ ਨਾਲ-ਨਾਲ ਕਾਲਜ ਵੀ ਜਾਂਦਾ ਸੀ ਹਾਂ ਪੜ੍ਹਾਈ ਵੀ ਕੀਤੀ ਮੈਂ ਉਦੋਂ 8ਵੀਂ ਕਲਾਸ ਚ ਪੜ੍ਹਦਾ ਸੀ ਮੈਂ ਬੀਏ ਵੀ ਕੀਤੀ ਉਹਦੇ ਨਾਲ ਨਾਲ ਨੌਕਰਾਂ ਨਾਲ ਖੇਤ ਵੀ ਆਉਣਾ ਕੰਮਕਾਰ ਵੀ ਸਾਰਾ ਦੇਖਣਾ ਹਾਂ ਜਦੋਂ ਕੰਮ ਕਰ ਦੇਖਣਾ ਤੇ ਨਹੀਂ ਕਿਹੜੀ ਕਲਾਸ ਚ ਤੁਸੀਂ ਖੇਤ ਚਾਉਣ ਲੱਗ ਗਏ ਸੀ ਮੈਂ 8ਵੀਂ ਕਲਾਸ 8ਵੀਂ ਚਾਉਣ ਲੱਗ ਗਿਆ ਸੀ ਮੈਂ ਚਾਉਣ ਲੱਗ ਗਿਆ ਤੇ ਉਦੋਂ ਤੁਹਾਡੀ ਉਮਰ ਮੈਨੂੰ ਲੱਗਦਾ 14 ਸਾਲ ਹੋਊ 14 ਸੋ ਵੀ ਕੱਟ ਸੀ 14 ਤੋਂ ਵੀ ਕੱਟ ਸੀ 12 ਸਾਲਾਂ ਦੀ ਸੀ ਦੇਖੋ ਹਾਂਜੀ ਅੱਜ ਦੀਆਂ ਵਾਵਾ ਕੁਛੜਾਂ ਚੋਂ ਨਹੀਂ ਕੱਢਦੀਆਂ 12 ਸਾਲ ਬਿਲਕੁਲ ਬਿਲਕੁਲ ਭਾਈ ਉਹ ਤਾਂ ਮੈਂ ਟਰੈਕਟਰ ਵੀ ਚਲਾਉਂਦਾ ਸੀ ਅੱਛਾ ਜੀ ਹਾਂ ਟਰੈਕਟਰ ਵੀ ਚਲਾਉਣਾ ਤੇ ਮੰਡੀ ਵੀ ਕਣਕ ਝੋਨਾ ਵੀ ਲੈ ਕੇ ਜਾਣਾ ਕਣਕ ਝੋਨਾ ਵੇਚ ਕੇ ਵੀ ਆਉਣਾ ਆੜਤੀਆਂ ਨਾਲ ਹਿਸਾਬ ਕਰਕੇ ਵੀ ਆਉਣਾ ਕਿਈ ਦਿਨ ਵਿਕਦਾ ਵੀ ਨਹੀਂ ਹੋਣਾ ਤੇ ਦਾਣਾ ਮੰਡੀ ਚੋਂ ਮੱਛਰ ਵੀ ਮੱਛਰ ਵੀ ਖਾਦਾ ਬਹੁਤ ਖਾਦਾ ਮੱਛਰ ਨੂੰ ਵੀ ਪੰਡਾ ਬਹੁਤ ਖਵਾਇਆ ਮੱਛਰ ਵਾਲੀ ਗੱਲ ਤੋਂ ਜ਼ਿਆਦਾ ਆ ਗਈ ਨਮਰੀ ਤੂਰੇ ਜਿੱਥੇ ਤੁਸੀਂ ਖੜ ਰਹੇ ਹੋ ਨਾ ਉਰੇ ਸਾਡੇ ਲਵੇ ਦੋ ਕੱਖਣਾ ਦਾ ਮੋਟਰ ਵਾਲਾ ਕੋਠਾ ਸੀ ਅੱਛਾ ਤੇ ਝੋਨਾ ਲਾਉਂਦੇ ਹੁੰਦੇ ਸੀ ਠੀਕ ਹੈ ਜੀ ਰਾਤ ਨੂੰ ਲਾਈਟ ਨਹੀਂ ਸੀ ਆਉਂਦੀ ਤੇ ਮੈਂ ਨੋਕ ਨੂੰ ਕਿਹਾ ਅੱਜ ਰਾਤ ਨੂੰ ਸਾਰੀ ਰਾਤ ਟਰੈਕਟਰ ਨਾਲ ਸੰਜਾਈ ਕਰਾਂਗੇ ਪਾਣੀ ਦਮਾਂਗੇ ਤੇ ਮੈਨੂੰ ਪਤਾ ਉਸ ਰਾਤ ਮੈਂ ਦੀ ਜ਼ਿੰਦਗੀ ਦੀ ਮੈਨੂੰ ਉਹ ਰਾਤ ਯਾਦ ਰਹੂਗੀ ਮਰਦੇ ਤੱਕ ਮੱਛਰ ਨੇ ਮੈਨੂੰ ਸਾਰੀ ਰਾਤ ਇੱਕ ਮਿੰਟ ਨਾ ਬੈਠਣ ਦੇਵੇ ਨਾ ਤੁਰਨ ਦੇਵੇ ਨਾ ਇੱਧਰ ਨਾ ਉੱਧਰ ਜਿੱਧਰ ਨੂੰ ਜਾਵਾਂ ਮੱਛਰੇ ਮੱਛਰ ਬਸ ਖਾਈ ਜਾਵੇ ਖਾਈ ਜਾਵੇ ਖੇਸੀ ਵਿਲਵੇਟ ਲਵੇਟ ਕੇ ਦੇਖ ਲਈ ਖੇਸੀ ਚ ਪੈ ਬੈ ਕੇ ਦੇਖ ਲਿਆ ਇੰਨਾ ਮੱਛਰ ਹੁੰਦਾ ਸੀ ਉਸ ਦਿਨਾਂ 'ਚ ਮੈਨੂੰ ਦੂਸਰੇ ਦਿਨ ਬੁਖਾਰ ਚੜ ਗਿਆ ਅੱਛਾ ਹਾਂ ਭਾਈ ਤੇ ਇਹ ਤਾਂ ਕਿਹੜਾ ਲੱਗਦੇ ਹੋਣੇ ਕਿੰਨਾ ਨੂੰ ਹੱਥ ਵੀ ਯਾਰ ਕੀ ਪੰਗਾ ਯਾਰ ਕਦੇ ਇਹ ਤਾਂ ਮਤਲਬ ਉਹ ਉਧਰ ਮੱਛਰ ਵਾਲੀ ਰਾਤ ਤਾਂ ਪੱਕਾ ਹੀ ਆਇਆ ਹੁਣ ਹਾਂ ਹਾਂ ਬਾਈ ਉਹ ਤਾਂ ਪੰਗਾ ਤਾਂ ਬਹੁਤ ਵਾਰ ਹੋ ਜਾਂਦਾ ਜਦੋਂ ਤੁਸੀਂ ਕੰਮ 'ਚ ਲੱਗੇ ਹੋਇਓ ਤੇ ਕਈ ਵਾਰ ਕਈ ਸਮੱਸਿਆ ਬਹੁਤ ਵੱਡੀਆਂ ਵੱਡੀਆਂ ਤੁਹਾਨੂੰ ਫੇਸ ਕਰਨੀਆਂ ਪਿਆ ਜਾਂਦੀਆਂ ਪੈਂਦੀਆਂ ਨੇ ਅੱਛਾ ਬੈਕ ਤੇ ਬਾਈ ਦਾ ਘਰ ਆ ਸਾਡੇ ਦੋਵਾਂ 'ਚੋਂ ਤੁਸੀਂ ਜ਼ੂਮ ਕਰਕੇ ਦਿਖਾ ਦੋਗੇ ਬਹੁਤ ਸੋਹਣਾ ਕਰ ਪਾਇਆ ਮੈਂ ਆ ਕੀ ਤਾਰੀਫ ਕਰਕੇ ਹਟਾਂ ਕ੍ਰੀਏਟਿਵ ਬਾ ਇਹ ਘਰ ਦੀ ਕਹਾਣੀ ਵੀ ਮੈਂ ਸੁਣੂੰਗਾ ਬਿਲਕੁਲ 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 ਅੱਛਾ ਮੱਛਾ ਉਹ ਵੀ ਸੁਣਾਵਾਂਗੇ ਉਹ ਵੀ ਸੁਣਾਵਾਂਗੇ ਉਹ ਵੀ ਸੁਣਾਵਾਂਗੇ ਮੈਨੂੰ ਕਹਾਣੀਆਂ ਹੀ ਸੁਣਾਉਣੀਆਂ ਹਾਂ ਬਾਈ ਬਿਲਕੁਲ ਆ ਆਪਣਾ ਬਈ ਰਿਆ ਹੈਣਾ ਪੋਲੀ ਹਾਊਸ ਹੈ ਪੋਲੀ ਹਾਊਸ ਕਿੰਨੇ ਕਿੱਲਾਂ ਚ ਇੱਥੇ ਤੁਹਾਡੇ ਕੋਲੇ ਪੋਲੀ ਹਾਊਸ ਦਾ ਇਹ ਮੇਰੇ ਲਈ 8 ਏਕੜ ਹੈ ਜੀ 8 ਕਿੱਲੇ 8 ਕਿੱਲੇ ਹੈ ਜੀ 8 ਕਿੱਲਾਂ ਚ ਲੱਗਿਆ ਹੋਇਆ ਮੈਨੂੰ ਜ਼ਮੀਨ 10 ਕਿੱਲੇ ਮੇਰੇ ਲਈ ਬਾਈ ਠੀਕ ਹੈ ਜੀ ਹਾਂ ਤੇ 8 ਕਿੱਲੇ ਤੁਸੀਂ ਲਾਤੇ ਦੋ ਕਿੱਲਾਂ ਚ ਓਪਨ ਖੇਤੀ ਕਰਦੇ ਹੋ ਨਹੀਂ ਜੀ ਦੋ ਕਿੱਲੇ ਤਾਂ ਐਵੇਂ ਰੁੱਧਲੇ ਜੀ ਤੁਸੀਂ ਦੇਖਿਆ ਪਾਣੀ ਵਾਲਾ ਟੋਆ ਪੱਟ ਲਿਆ ਪਾਣੀ ਵਾਲਾ ਟੋਆ ਪੱਟ ਲਿਆ ਹਾਂ ਟੋਬਾ ਪੱਟ ਲਿਆ ਟੋਬਾ ਪੱਟ ਲਿਆ ਤੇ ਪਾਰਕ ਬਣਾ ਲਿਆ ਮਕਾਨ ਬਣਾ ਲਿਆ ਗੱਡੀਆਂ ਲਈ ਗੈਰੇਜ ਗੁਰਜ ਬਣਾ ਲੇ ਪਾਗਲਪਨ ਨਹੀਂ ਨਹੀਂ ਪਾਗਲਪਨ ਆ ਵਈ ਉਹ ਤਾਂ ਇਹ ਕਹ ਲੈ ਮੈਂ ਕਹਿ ਸਕਦਾ ਵੀ ਚੜੋਲਾ ਚੜਾਤੇ ਬਾਕੀ ਆਹ ਦੇਖ ਕਿੱਧਰ ਗੇ ਚੜੇਲਾ ਤੇਰੇਲਾ ਚ ਵਾਈ ਬਿਲਕੁਲ ਬਿਲਕੁਲ ਬਾਈ ਬਿਲਕੁਲ ਤੇ ਆ ਖੀਰੇ ਦੀ ਅ اچھا ਫਿਰ ਤੁਸੀਂ ਉਹ ਖੇਤੀ ਚ ਆਉਣ ਲੱਗੇ ਇੱਥੇ ਹਨਾ ਹਾਂ ਬਾਈ ਖੇਤੀ ਚ ਆਉਣ ਲੱਗੇ ਹਾਂ ਖੇਤੀ ਚ ਆਉਣ ਲੱਗੇ ਰਹੇ ਕਾਫੀ ਸਾਲ ਕਰਦੇ ਰਹੇ ਹਾਂ ਤੇ ਫਿਰ ਹਸਾਬ ਕਿਤਾਬ ਵੀ ਮੈਂ ਆਪਣੇ ਪੈਨ ਕਾਪੀ ਨਾਲ ਕਰਦਾ ਰਿਹਾ ਪੂਰਾ ਡਿਟੇਲ ਚ ਮੈਨੂੰ ਲਿਖਣ ਦਾ ਪਹਿਲੇ ਦਿਨ ਤੋਂ ਬਹੁਤ ਸ਼ੌਂਕ ਹੈ ਹਾਂ ਹਰ ਖਰਚਾ ਹਰ ਆਮਦਨ ਹਾਂ ਹਰ ਖਰਚਾ ਡੀਜ਼ਲ ਇੰਜਨ ਤੇ ਅੱਜ ਕਿੰਨੀ ਰਿਪੇਅਰ ਹੋਈ ਡੀਜ਼ਲ ਇੰਜਨ ਚ ਕਿੰਨਾ ਤੇਲ ਪਾਇਆ ਸੀ ਪਟੇ ਦੇ ਨਟ ਨੋਟ ਸਭ ਕੁਝ ਲਿਖਣ ਚ ਬਹੁਤ ਇੰਟਰਸਟ ਸੀ ਮੈਨੂੰ ਕੱਲਾ ਕੱਲਾ ਪੈਨ ਨਹੀਂ ਕਹ ਲਈ ਆਪਾਂ ਤੇ ਉਸ ਤੋਂ ਬਾਅਦ ਬਾਈ ਤੇ ਮੈਂ ਜਦੋਂ ਹਸਾਬ ਕਿਤਾਬ ਲਾਉਂਦੇ ਰਹੇ ਤੇ ਬਹੁਤ ਦੇਖਿਆ ਤੇ ਵੀ ਬਹੁਤ ਘੱਟ ਆਮਦਨ ਹੈਗੀ ਆ ਹਾਂਜੀ ਝੋਨੇ ਤੇ ਕਣਕ ਚੋਂ ਸੌਕ ਵੱਡੇ ਨੇ ਹਾਂ ਤੇ ਸੋਚ ਕੁਝ ਹੋ ਰਿਹਾ ਹੈ ਠੀਕ ਹੈ ਜੀ ਕਰਨ ਲਈ ਵੀ ਹੋਣਾ ਨਹੀਂ ਕੁਝ ਵੀ ਬਾਈ ਉਹਦੇ ਵਿੱਚ ਇੱਕ ਹੋਰ ਦੱਸਣਾ ਮਰੀਜ਼ ਨੂੰ ਹੋਰ ਮੈਂ ਨਾਲ ਗੱਲ ਜੋੜਦਾ ਹਾਂ ਜਦੋਂ ਅ ਮੈਂ +1 +2 ਵਿੱਚ 3 ਹੈਗਾ +1 90 92 ਦੀ ਗੱਲ ਹੈ ਜੀ ਹਾਂ ਮੇਰੇ ਬ੍ਰਦਰ ਦੀ ਮੈਰਿਜ ਹੋ ਗਈ ਕੈਨੇਡਾ ਹਾਂਜੀ ਅੱਛਾ ਬਾਈ ਫਿਰ ਐ ਲੱਗਣ ਲੱਗਿਆ ਵੀ ਯਾਰ ਹੁਣ ਆਪਾਂ ਤਾਂ ਕੈਨੇਡਾ ਚਲੇ ਜਾਣਾ ਮੋਜਾਂ ਲੱਗ ਜਾਣੀਆਂ ਨੇ ਹਾਂ ਹੈਨਾ ਹਾਂ ਤੇ ਉਸ ਤੋਂ ਬਾਅਦ ਕੀ ਹੁੰਦਾ ਹੈ ਕੁਦਰਤ ਨੂੰ ਜੋ ਮਨਜ਼ੂਰ ਹੁੰਦਾ ਹੈ ਜਰ ਪ੍ਰਮਾਤਮਾ ਨੇ ਜੋ ਕਰਨਾ ਹੁੰਦਾ ਹੈ ਹਾਂ ਤੇ ਉਸ ਤੋਂ ਬਾਅਦ ਉਹਨਾਂ ਦਾ ਆਪਸ ਵਿੱਚ ਝਗੜਾ ਹੋ ਗਿਆ ਠੀਕ ਹੈ ਜੀ ਮੈਰਿਜ ਟੁੱਟ ਗਈ ਠੀਕ ਹੈ ਜੀ ਕੈਨੇਡਾ ਜਾਣ ਦੇ ਸੁਪਨੇ ਖਤਮ ਹੋ ਗਏ ਠੀਕ ਹੈ ਜੀ ਫਿਰ ਇਸ ਤੋਂ ਬਾਅਦ ਮੈਂ ਜਦੋਂ ਗ੍ਰੈਜੂਏਸ਼ਨ ਕੀਤੀ 2000 ਚ 2001 ਚ ਤੇ ਮੈਂ ਕਿਹਾ ਵੀ ਹੁਣ ਕੁਝ ਕਰਨਾ ਤਾਂ ਪੈਣਾ ਹੀ ਆ ਹਾਂ ਮੈਨੂੰ ਸੋਚ ਵੀ ਕੁਝ ਕਰਨਾ ਹੈ ਯਾਰ ਹਾਂ ਵੀ ਐਡਾ ਤਾਂ ਨਹੀਂ ਰਹਿਣਾ ਖੇਤੀ ਤੇ ਡਿਪੈਂਡਿੰਗ ਤੇ ਰਹਿ ਨਹੀਂ ਹੋਣਾ ਹਾਂ ਵੀ ਫੇਰ ਮੈਂ ਸੋਚਿਆ ਵੀ ਕੀ ਕਰੀਏ ਵੀ ਆਪਣੇ ਲਈ ਤਾਂ ਕੁਝ ਹੈ ਨਹੀਂ ਕੋਈ ਦੁਕਾਨਦਾਰੀ ਆਪਾਂ ਨਹੀਂ ਕਰ ਸਕਦੇ ਕੋਈ ਬਿਜ਼ਨਸ ਆਪਾਂ ਨਹੀਂ ਖੋਲ ਸਕਦੇ ਹਾਂ ਫਿਰ ਮੈਂ ਸੋਚਿਆ ਵੀ ਮੇਰੇ ਏਰੀਆ 'ਚ ਦੇਖਿਆ ਵੀ ਕਿਸਾਨ ਕੀ ਕਰਦੇ ਨੇ ਜਿਹੜੇ ਨਵਾਂ ਕੁਝ ਕਰਦੇ ਨੇ ਫਿਰ ਸਾਡੇ ਉਰੇ ਨਾ ਨੇੜੇ ਮਿਰਚਾਂ ਬਹੁਤ ਮਸ਼ਹੂਰ ਸੀ ਆ ਠੀਕ ਹੈ ਜੀ ਤੇ ਪਨੀਰੀ ਪਨੂਰੀ ਲਾਉਂਦੇ ਸੀ ਫਿਰ ਮੈਂ 2001 ਚ ਮੈਂ ਮਿਰਚਾਂ ਆ ਲਾਈਆਂ ਪਹਿਲੀ ਵਾਰ ਪਹਿਲੀ ਵਾਰ ਇੱਕ ਇਕੱਲਾ ਵਧੀਆ ਹੋ ਗਈਆਂ ਬਹੁਤ ਵਧੀਆ ਹੋ ਗਈਆਂ ਜਿਨ੍ਹਾਂ ਨੇ ਤੁਸੀਂ ਦੇਖਦੇ ਹੋ ਵੀ ਇਹ ਮਿਰਚ ਦੀ ਦੇਣ ਹੈ ਜਿਹੜਾ ਕੋਈ ਐਡਾ ਵੱਡਾ ਫਾਰਮ ਹਾਊਸ ਤੁਸੀਂ ਅੱਜ ਕਰਮਾਲੀਆਂ ਮਿਰਚਾਂ ਕਰਮਾਲੀਆਂ ਮਿਰਚਾਂ ਹਾਂ ਜੀ ਅੱਛਾ ਵਿੱਚ ਵਿੱਚ ਐਡ ਚੀਜ਼ਾਂ ਕਰਦਾ ਰਹੂੰਗਾ ਕਿਉਂਕਿ ਚੀਜ਼ਾਂ ਅਸੀਂ ਛੱਡਣਾ ਦੇਗੇ ਮੈਂ ਤੁਹਾਨੂੰ ਕਹਿ ਰਿਹਾ ਨਾ ਲਿਵਿੰਗ ਖੇਤੀ ਜਿਉਂ ਟੰਗ ਹੈ ਕਿ ਜੀਵਨ ਜਾਚ ਹੈ ਆ ਬਾਈ ਦਾ ਫਿਰ ਹੁਣ ਖੇਤ ਤੇ ਆ ਬਾਈ ਦਾ ਸਵੀਮਿੰਗ ਪੂਲ ਮੈਂ ਭੁੱਲ ਗਿਆ ਸੀ ਸ਼ਾਦੀ ਭੁੱਲ ਗਿਆ ਸੀ ਮੈਂ ਸਵੀਮਿੰਗ ਪੂਲ ਆ ਘਰ ਦੋਨਾਂ ਦੀ ਤੁਸੀਂ ਨੇੜਤਾ ਦੇਖਿਓ ਕਿਵੇਂ ਇਹ ਚੀਜ਼ਾਂ ਚੱਲਦੀਆਂ ਇੱਕ ਘਰ ਦੀ ਗਾਣੀ ਵੀ ਦੱਸ ਤੀ ਇੱਕ ਘਰ ਤੁਸੀਂ ਰਹਿਣ ਖਾਤਰ ਨਹੀਂ ਬਣਾਇਆ ਸੀ ਨਹੀਂ ਬਣਾਇਆ ਸੀ ਇੱਥੇ ਸੀ ਜਿਹੜੇ ਕੰਮ ਕਰਦੇ ਸੀ ਕਿਰਤਾਂ ਦੇ ਮੁੰਡੇ ਉਹਨਾਂ ਲਈ ਬਣਾਇਆ ਸੀ ਉਹਨਾਂ ਲਈ ਬਣਾਇਆ ਸੀ ਤੁਸੀਂ ਕਿਉਂ ਰਹਿਣ ਲੱਗ ਗਏ ਫਿਰ ਇੱਥੇ ਆ ਕੇ ਜਦੋਂ ਮੈਂ ਭਰਾ ਨਾਲੋਂ 2012 ਚ ਅੱਡ ਹੋਇਆ ਇੱਕਦਮ ਅੱਡ ਹੋ ਗਏ ਕੋਈ ਜ਼ਿਆਦਾ ਕੋਈ ਕਹਾਣੀ ਸੀ ਵੱਡੀ ਕੋਈ ਅੱਡ ਹੋਣਾ ਜਾਂ ਕੋਈ ਲਾਇ ਲਾਇ ਝਗੜਾ ਨਹੀਂ ਸੀ ਹੁੰਦੀ ਉਹ ਕਹਿੰਦਾ ਬਾਈ ਕਹਿੰਦਾ ਅੱਡ ਹੋਣਾ ਮੈਂ ਕਰ ਦੋ ਹੋ ਜੰਨੇ ਕੋਈ ਗੱਲੀ ਬਾਈ ਜੇ ਤੈਨੂੰ ਲੱਗਦਾ ਤਾਂ ਅੱਡ ਹੋ ਜੰਨੇ ਆ ਉਹ ਕਹਿੰਦਾ ਵੀ ਤੂੰ ਤਾਂ ਯਾਰ ਸਬਜ਼ੀ ਦੀ ਖੇਤੀ ਕਰੀ ਜਾਂਦਾ ਨਾ ਪਤਾ ਲੱਗਦਾ ਕੁਝ ਬਚਦਾ ਕਿ ਨਹੀਂ ਬਚਦਾ ਪਤਾ ਨਹੀਂ ਕੀ ਹੋ ਰਿਹਾ ਕੀ ਨਾ ਰਿਹਾ ਮੈਨੂੰ ਸਕੂਨ ਨਹੀਂ ਹੈ ਹਮ ਮੈਂ ਕਿਹਾ ਠੀਕ ਆ ਅਸੀਂ ਆਪਣੇ ਆਪ ਰਜਾਵੰਦੀ ਨਾਲ ਅੱਡ ਹੋ ਗਏ ਹਮ ਤੇ ਉਹ ਕਹਿੰਦਾ ਵੀ ਰਜਾਵੰਦੀ ਨਾਲ ਡੋ ਗਿਆ ਮੈਂ ਮਾਦਰ ਨੂੰ ਕਿਹਾ ਮਾਤਾ ਨੂੰ ਕਿਹਾ ਵੀ ਮੈਨੂੰ ਮਕਾਨ ਦੇ ਉੱਪਰ ਮਕਾਨ ਪਾ ਲੈਣ ਦੋ ਜਿਹੜਾ ਸਾਡਾ ਜੱਦੀ ਮਕਾਨ ਆ ਘਰੇ ਬਹੁਤ ਸੋਹਣਾ ਮਕਾਨ ਬਣਾਇਆ ਹੋਇਆ ਸੀ ਠੀਕ ਹੈ ਜੀ ਉਹ ਕਹਿੰਦੇ ਵੀ ਤੂੰ ਰਹਿ ਸਕਦਾ 2-3 ਸਾਲ ਵੀ ਉੱਪਰ ਮਕਾਨ ਨਹੀਂ ਬਣਾ ਸਕਦਾ ਅੱਛਾ ਹਾਂ ਵੀ ਜਿੰਨਾ ਚਿਰ ਤੂੰ ਆਪਣਾ ਮਕਾਨ ਨਹੀਂ ਬਣਾਉਂਦਾ ਉਨਾਂ ਚਿਰ ਤੂੰ ਇਰੇ ਰਹਿ ਸਕਦਾ ਹਾਂ ਫਿਰ ਮੈਂ ਸੋਚਿਆ ਵੀ ਮੈਂ ਕਿਹਾ ਵੀ ਰਹਿਣਾ ਵੀ ਕਿਵੇਂ ਹਾਂ ਮੈਂ ਆਪਣਾ ਸਮਾਨ ਚੱਕਿਆ ਟਰਾਲੀ ਚ ਪਾਇਆ ਖੇਤਾ ਵੜਿਆ ਜਿੱਥੇ ਨੌਕਰਾਂ ਵਾਸਤੇ ਬਣਾਇਆ ਹੋਇਆ ਸੀ ਇਹਨੂੰ ਹੌਲੀ ਹੌਲੀ ਬਣਾ ਲਿਆ ਫਿਰ ਉਦੋਂ ਹੌਲੀ ਹੌਲੀ ਹਾਲੇ ਮੰਚ ਸਕੂਨ ਸੀ جنون ਸੀ ਸਾਰੇ جنون ਸੀ ਤੇ ਕੋਸ ਤਸਵੀਰਾਂ ਸੀ ਜਿੱਥੇ ਘੁੰਮਣ ਜਾਂਦੇ ਸੀ ਹਾਂ ਉਹ ਅੰਦਰ ਜਮਾ ਹੋਈਆਂ ਸੀ ਤੇ ਉਹਨਾਂ ਨੂੰ ਫਿਰ ਆਪਣੀਆਂ ਸੌਂਕ ਦੇ ਵਿੱਚ ਬਦਲ ਲਿਆ ਜਮਣਾਂ ਦਾ ਬੂਟਾ ਬਾਈ ਦੇ ਬਾਈ ਹਾਂ ਬਾਈ ਇਹ ਜਮਣ ਦੇ ਬੂਟੇ ਦੀ ਮੈਂ ਤੁਹਾਨੂੰ ਕਹਾਣੀ ਸੁਣਾਉਣਾ ਭਈ ਇਹ ਬਹੁਤ ਵੱਡਾ ਦਰਖਤ ਸੀ ਇਹਦੇ ਉਪਰਾਂ ਖੰਭਾ ਲੱਗਿਆ ਤੁਸੀਂ ਦੇਖ ਰਹੇ ਹੋ ਹਾਂ ਇੱਥੇ ਦੀ ਲੈਂਡ ਜਾਂਦੀ ਸੀ ਠੀਕ ਹੈ ਮੈਨੂੰ ਬਿਜਲੀ ਵਾਲੇ ਕਹਿੰਦੇ ਵੀ ਲੈਂਡ ਨਾਲ ਟੱਚ ਹੁੰਦਾ ਵੀ ਇਹਨੂੰ ਜਮਣ ਨੂੰ ਪੱਟ ਦੋ ਹਾਂ ਕੱਟ ਦੋ ਹਾਂ ਕੁਦਰਤੀ ਉਸ ਦਿਨਾਂ ਦੇ ਵਿੱਚ ਮੈਂ ਪਟਿਆਲੇ ਨੰਗੇ ਜਾ ਰਿਹਾ ਆ ਕੋਲੰਬੀਆ ਹਸਪੀਟਲ ਦੇ ਬੈਕ ਸਾਈਡ ਪੰਜਾਬੀ ਬਾਗ ਚ ਠੀਕ ਹੈ ਜੀ ਉੱਥੇ ਮੈਂ ਜੋ ਦਰਖਤ ਸੜਕ ਦੇ ਰੋਡ ਦੇ ਉੱਤੇ ਦੀ ਜਾ ਰਿਹਾ ਤਾਂ ਬਾਈ ਨਾ ਕਿਸੇ ਨੇ ਜਮਣ ਦਾ ਪੇੜ ਕੱਟ ਕੇ ਰੱਖਿਆ ਹੋਇਆ ਸੀ ਠੀਕ ਹੈ ਜੀ ਮੇਰੇ ਮਨ 'ਚ ਇੱਕ ਦਮ ਧਿਆਨ ਆਇਆ ਹਾਂ ਮੈਂ ਕਿਉਂ ਨਾ ਆਪਾਂ ਵੀ ਇਹਨੂੰ ਇਦਾਂ ਦਾ ਕੱਟ ਸਕਦੇ ਆ ਯਾਰ ਆਪਣੇ ਚ ਹੈ ਕਲਾਕਾਰੀ ਤਾਂ ਫਿਰ ਮੈਂ ਕੱਟ ਕੇ ਬਾਈ ਇਹਨੂੰ ਹੋ ਗਏ 10 ਸਾਲ ਇਦਾਂ ਰੱਖਿਆ ਇੱਧਰ ਵੀ ਸਾਰੇ ਤਿੰਨ ਚਾਰ ਤੁਸੀਂ ਆਏ ਸਾਰੇ ਸਾਰੇ ਬਾਈ ਸਾਰੇ ਅੱਛਾ ਬਾਈ ਦੇ ਸੁਹਾ ਦੀ ਮੈਂ ਹੋਰ ਤੁਹਾਨੂੰ ਇੱਕ ਖੂਬੀ ਦੱਸਦਾ ਬਾਈ ਦੇ ਫਾਰਮ ਦੀ ਖਾਸियत ਕੀ ਹੈ ਵੀ ਚੀਜ਼ਾਂ ਬਾਈ ਨਾ ਬੇਲੂੜੀਆਂ ਨਹੀਂ ਕਰਦਾ ਹੁਣ ਦੱਸਦਾ ਆਹ ਕੰਕਰੀਟ ਹੈ ਇੱਧਰਲੇ ਪਾਸੇ ਵੀ ਕੰਕਰੀਟ ਹੈ ਉਹਨਾਂ ਹੀ ਸੀਮੈਂਟ ਵਰਤਿਆ ਉਹਨਾ ਕੰਕਰੀਟ ਵਰਤੇ ਜਿੰਨੇ ਚੋਂ ਗੱਡੀ ਦੇ ਟਾਇਰ ਲੰਘ ਜਾਣ ਵਿਚਾਲੇ ਫਿਰ ਕੱਚਾ ਛੜਤਾ ਇਹ ਕਿਉਂ ਹਾਂ ਭਾਈ ਅ ਦਰਅਸਲ ਭਾਈ ਅ ਅਸੀਂ ਢਾਲੀਵਾਲ ਆ ਠੀਕ ਹੈ ਜੀ ਮੈਂ ਮਿਹਰਬਾਨ ਸਿੰਘ ਢਾਲੀਵਾਲ ਮੇਰਾ ਨਾਮ ਹੈ ਠੀਕ ਹੈ ਜੀ ਤੇ ਨਾ ਮੈਂ 2010 ਚ ਇੰਗਲੈਂਡ ਗਿਆ ਵਿਜਿਟ ਤੇ ਹਾਂ ਮੈਂ ਤੇ ਦਵਿੰਦਰ ਸਾਡੀ ਪਲੈਨਿੰਗ ਸੀ ਵੀ ਅਸੀਂ ਅ ਸਬਜੀ ਸਪੋਰਟ ਕਰੀਏ ਸਾਡੇ ਮੰਨ ਦਾ ਇੱਕ ਹਾਂ ਭਾਰ ਭੇਜੀਏ ਹਾਂ ਭਾਰਪੇ ਜਿਲੇ ਮੈਂ ਮਾਰਕੀਟ ਲਈ ਇੰਗਲੈਂਡ ਗਿਆ 2010 ਚ ਮੇਰੇ ਮਾਮਾ ਜੀ ਰਹਿੰਦੇ ਸੀ ਉਹਨਾਂ ਨੇ ਮੈਨੂੰ ਸਪான்ਸਰ ਕੀਤਾ ਹਾਂ ਤੇ ਮੈਂ ਉੱਥੇ ਮਾਮਾ ਜੀ ਲਵੇ ਗਿਆ ਹਾਂ ਤੇ ਮਾਮਾ ਜੀ ਲਵੇ ਗਿਆ ਤਾਂ ਮੈਂ ਮਾਰਕੀਟ ਘੁੰਮ ਗਿਆ ਹਾਂ ਲੰਡਨ ਚ ਹਾਂ ਤੇ ਉੱਥੇ ਮਾਰਕੀਟ ਘੁੰਮਣ ਗਿਆ ਤੇ ਉੱਥੇ ਨਾ ਮੈਂ ਜਦੋਂ ਸਬਜੀ ਮਾਰਕੀਟ ਗਿਆ ਤੇ ਸਬਜੀ ਦੀ ਮਾਰਕੀਟ ਹੈ ਇਥਰੋ 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 ਬਹੁਤ ਬੜੀ ਇਥਰੋ ਕੀ ਇਥਰੋ ਇਥਰੋ ਏਅਰਪੋਰਟ ਵੀ ਆ ਏਅਰਪੋਰਟ ਹਾਂ ਉੱਥੇ ਨਾ ਮੇਰੇ ਨਾਮ ਦਾ ਅਕਬਾਲ ਸਿੰਘ ਢਾਲੀਵਾਲ ਮੈਨੂੰ ਬੰਦਾ ਮਿਲਿਆ ਉਹਦੀ ਦੁਕਾਨ ਸੀ ਉੱਥੇ ਮੰਡੀ ਚ ਸਭ ਚੀਜ਼ ਠੀਕ ਹੈ ਜੀ ਤੇ ਮੈਂ ਉਹਨੂੰ ਆਪਣਾ ਨਾਮ ਦੱਸਿਆ ਤੇ ਕਹਿੰਦਾ ਮੈਂ ਵੀ ਢਾਲੀਵਾਲ ਹਾਂ ਕਢ ਲਈ ਸਕੀਰੀ ਹਾਂ ਕਢ ਲਈ ਬਾਈ ਹਾਂ ਤੇ ਕਹਿੰਦਾ ਮੈਂ ਵੀ ਇੰਡੀਆ ਤੋਂ ਕੁਝ ਸਬਜ਼ੀਆਂ ਇੰਪੋਰਟ ਕਰਦਾ ਠੀਕ ਹੈ ਜੀ ਮੈਨੂੰ ਕਹਿੰਦਾ ਮਿਹਰਬਾਨ ਬਾਈ ਤੂੰ ਮੇਰੇ ਘਰ ਸ਼ਾਮ ਨੂੰ ਡਿਨਰ ਤੇ ਆਣਾ ਅੱਛਾ ਮੈਂ ਸੋਚੀ ਪੈ ਗਿਆ ਮੈਂ ਇਹਦੇ ਘਰ ਡਿਨਰ ਤੇ ਕਿਵੇਂ ਜਾऊं ਬਾਈ ਨੇ ਮੈਨੂੰ ਕਾਰਡ ਦਿੱਤਾ ਹਾਂ ਮੈਂ ਮਾਮਾ ਜੀ ਨੂੰ ਕਿਹਾ ਮੈਂ ਮਾਮਾ ਜੀ ਮੈਨੂੰ ਕਿਸੇ ਨੇ ਇਨਵਾਈਟ ਕੀਤਾ ਵੀ ਮੈਂ ਡਿਨਰ ਤੇ ਜਾਣਾ ਮੈਂ ਜਾ ਕੇ ਮੈਂ ਪਾਉਂਗਾ ਹਾਂ ਕਹਿੰਦਾ ਇੱਥੇ ਕੋਈ ਪ੍ਰੋਬਲਮ ਨਹੀਂ ਹਾਂ ਕਿਉਂਕਿ ਬਾਹਰਲੇ ਦੇਸ਼ ਚ ਗਿਆਂ ਪਹਿਲੀ ਵਾਰ ਗਿਆਂ ਵੀ ਰਾਤ ਨੂੰ ਕਿਹੜਾ ਰਸਤਾ ਹੋ ਕਿਵੇਂ ਵਾਪਸ ਆऊं ਕਿੱਥੋਂ ਜਾਵਾਂਗੇ ਹਾਂ ਚਲੋ ਮੈਨੂੰ ਕਹਿੰਦਾ ਮੈਂ ਟੈਕਸੀ ਮੰਗਾਤੀ ਮਾਮਾ ਜੀ ਨੇ ਮੈਨੂੰ ਤੇ ਉਹਦੇ ਕਾਰਡ ਤੇ ਜਿਹੜੀ ਉਹਦੀ ਲੋਕੇਸ਼ਨ ਭਰੀ ਸੀ ਉਹਨੇ ਲੋਕੇਸ਼ਨ ਭਰ ਕੇ ਮੈਨੂੰ ਉਹਦੇ ਘਰ ਲੈ ਗਿਆ ਜਦੋਂ ਘਰ ਚ ਐਂਟਰੀ ਕੀਤੀ ਉਹਨਾਂ ਦਾ ਫਾਰਮ ਹਾਊਸ ਚ ਘਰ ਬਣਾਇਆ ਹੋ ਇੱਥੇ हट ਕੇ ਜਿਵੇਂ ਮੇਰਾ ਘਰ ਬਣਿਆ ਹੋਇਆ ਹੈ ਹਾਂ ਤੇ ਉਹਨੇ ਇਸ ਤਰ੍ਹਾਂ ਦਾ ਰਸਤਾ ਬਣਾਇਆ ਹੋਇਆ ਸੀ ਮਦਰਵੇਜ਼ ਇਹ ਚੀਜ਼ ਜਿਹੜੀ ਇੱਥੇ ਉੱਤਰੀ ਵੀ ਆ ਹਾਂ ਭਾਈ ਇਹ ਤਾਂ ਇਹ ਇੰਗਲੈਂਡ 'ਚ ਥੋੜੇ ਦਿਮਾਗ 'ਚ ਪਈ ਵੀ ਆ ਐਂ ਬਣਾਉਣਾ ਬਿਲਕੁਲ ਬਿਲਕੁਲ ਜੀ ਬਿਲਕੁਲ ਤਾਂ ਅੱਛਾ ਅੱਛਾ ਫੇਰ ਭਾਈ ਤੁਸੀਂ ਇੱਥੇ ਕਿ ਲੱਗੇ ਫੇਰ ਮੈਂ ਤੁਹਾਨੂੰ ਦੱਸ ਦਾਂ ਜੀ ਇਹਦੀ ਇਹਦੀ ਕਹਾਣੀ ਸਟੋਰੀ ਦੱਸਾਂ ਹਾਂ ਫੇਰ ਮੈਂ ਜਿਹੜਾ ਪਿੱਛੇ ਆਪਾਂ ਤੁਸੀਂ ਤੋਂ ਤੁਸੀਂ ਲੰਘ ਕੇ ਐਂਟਰੀ ਆ ਫਾਰਮ ਦੀ ਮੈਂ ਉਹ ਰਸਤਾ ਬਣਾਇਆ ਉਹਨਾਂ ਨੇ ਬਜਰੀ ਪਾਈ ਹੋਈ ਸੀ ਜੀ ਠੀਕ ਹੈ ਜੀ ਉਹਨਾਂ ਦਾ ਆਪਣਾ ਸਿਸਟਮ ਸੀ ਕੋਈ ਮੈਂ ਇਹ ਲਿਆ ਕੇ ਮੈਂ ਇਹ ਪੱਕਾ ਨਹੀਂ ਕਰਿਆ ਉਹਦੇ ਚ ਲੈਣਾ ਬਣਾ ਕੇ ਬਜਰੀ ਪਾਤੀ ਉਹ ਫਿਰ ਜਦੋਂ ਗੱਡੀਆਂ ਲੰਘ ਜਾਂਦੀਆਂ ਬਜਰੀ ਬਾਹਰ ਕੱਢ ਦਿੰਦੀਆਂ ਸੀ ਹਾਂ ਉਹ ਤਾਂ ਨਿਕਲ ਨਹੀਂ ਆ ਫਿਰ ਇਹਨਾਂ ਤੇ ਆਪਾਂ ਬਣਾਇਆ ਪੂਰਾ ਫਿਰ ਤੁਸੀਂ ਤੇ ਸੀਮੈਂਟ ਪਾ ਕੇ ਸੀਮੈਂਟ ਬਣਾ ਕੇ ਬਣਾਇਆ ਇਹਦੇ ਵਿੱਚ ਫਾਇਦਾ ਇਹ ਹੋ ਗਿਆ ਵੀ ਜਿੱਥੇ ਦੀ ਆਪਾਂ ਨੇ ਗੱਡੀ ਰੋਜ਼ ਨਿਘਾਣੀ ਹੈ ਜੀ ਉੱਥੇ ਦੀ ਟਾਇਰ ਆ ਕੇ ਫਾਲਤੂ ਜਗ੍ਹਾ ਤੇ ਆਪਾਂ ਨੇ ਆਪਣਾ ਘਾ ਲਾਤਾ ਗ੍ਰੀਨਰੀ ਰਹਿੰਦੀ ਹੈ ਹਾਂ ਨਾਲੇ ਤਪਸ਼ਤਾ ਨਹੀਂ ਹੈਗਾ ਬਹੁਤਾ ਗਰਮੀਆਂ ਚ ਹਾਂ ਉਹਦੇ ਕਰਕੇ ਨਾਲੇ ਪਾਣੀ ਸੋਕ ਲੈਂਦੇ ਨੇ ਜਿੰਨਾ ਵੀ ਕੱਚਾ ਜਗਾ ਵਾਲੇ ਵਾਲੇ ਰਸਤੇ 'ਚ ਜੀ ਹਾਂਜੀ ਆ ਆਪਣਾ ਹਨਾ ਆ ਖੇਤ ਉਹ ਥੋੜਾ ਇਹ ਖੇਤ ਹਾਂਜੀ ਹਾਂ ਤੇ ਇਹ ਆਪਣਾ ਇਹ ਭਰਾ ਦਾ ਖੇਤ ਹੈ ਜਿਹ ਮੇਰੇ ਲਈ ਠੇਕੇ ਤੇ ਲਿਆ ਹੋਇਆ ਓਕੇ ਹਾਂਜੀ ਲੀਜ਼ ਤੇ ਲਿਆ ਇਹ ਤੇ ਜੱਪਾ ਨੇ ਖੁਰਬੂ ਉਹ ਲਾ ਤਰਬੂਜ ਲੱਗਿਆ ਹੋਇਆ ਇਹ ਅੱਛਾ ਇਹ ਵੀ ਵਧੀਆ ਹੋ ਜਾਂਦਾ ਭਾਈ ਹਾਂ ਕਾਫੀ ਅੱਛਾ ਹੋ ਜਾਂਦਾ ਜੀ ਕਾਫੀ ਅੱਛਾ ਹੋ ਜਾਂਦਾ ਕਾਫੀ ਵਧੀਆ ਵੇ ਭਰਾਵਾ ਪਿੱਛੇ ਨੂੰ ਤਰਿਆ ਜਾਣਾ ਜਿਹੜਾ ਤੇਰੇ ਪਿੱਛੇ ਆਕਾ ਤੇ ਉਹਦਾ ਰੱਖ ਬਚਾ ਕਾਤਾ ਜਾਈ ਇਕੱਠਾ ਤੁਸੀਂ ਹਾਂ ਬਈ ਹੁਣ ਇਸ ਦਿਨਾਂ ਚ ਗਰਮੀਆਂ ਚ ਇਹਦੀ ਜ਼ਿਆਦਾ ਕਟਿੰਗ ਆ ਜਾਂਦੀ ਹੈ ਕਾਫੀ ਜ਼ਿਆਦਾ ਕਟਿੰਗ ਆਉਂਦੀ ਹੈ ਚਲੋ ਹੁਣ ਆਪਾਂ ਬੈਕ ਟੂ ਫੇਰ ਬਿਜ਼ਨਸ ਆਉਣੇ ਹਾਂ ਹਾਂ ਬਿਲਕੁਲ ਮਿਰਚਾਂ ਦੀ ਖੇਤੀ ਤੋਂ অতি ਉਤਸ਼ਾਹਿਤ ਹੋਣ ਤੋਂ ਬਾਅਦ ਹਾਂਜੀ ਤੇ ਫਿਰ ਕਿਹੜੇ ਅਗਲੀ ਫਸਲ ਕਿਹੜੀ ਫੜੀ ਹੈ ਤੁਸੀਂ ਫੇਰ ਨਾ ਜੀ ਮੈਂ ਟਮਾਟਰ ਲਾਉਣਾ ਸਟਾਰਟ ਕੀਤਾ ਓਕੇ ਜਦੋਂ ਨਾ ਮਿਰਚਾਂ ਦੀ ਖੇਤੀ ਜਮਨੀਤ ਮੈਂ ਪਹਿਲੇ ਸਾਲ ਸਾਬ ਗੱਤਬਾਤ ਕੀਤਾ ਜਿੰਨੇ ਤੁਹਾਡੇ ਸਾਡੇ ਇਲਾਕੇ ਚ ਜੀਰੀ ਕਹਿ ਦਿੰਦੇ ਆ ਕਈ ਇਲਾਕਿਆਂ ਚ ਝੋਨਾ ਕਹਿ ਦਿੰਦੇ ਆ ਝੋਨਾ ਕਹਿੰਦੇ ਅਸੀਂ ਜੀਰੀ ਕਹਿੰਦੇ ਆ ਠੀਕ ਹੈ ਜੀ ਆਪਣੇ ਬੋਲੀਆਂ ਦਾ ਫਰਕ ਪੈ ਜਾਂਦਾ ਹੈ ਹਾਂ 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 ਤੇ ਮੈਨੂੰ ਝੋਨੇ ਲਾ ਲਓ ਤੇ ਕਰੀਬ ਹਨਾ ਜਿਵੇਂ ਉਸ ਟਾਈਮ ਦਿਨਾਂ ਦੇ ਵਿੱਚ ਝੋਨਾ 30000 ਰੁਪਏ ਇਕੱਲੇ ਦੇ ਬਚਤ ਹੁੰਦੀ ਸੀ 20000 ਰੁਪਏ ਮੈਨੂੰ ਮਿਰਚਾਂ ਨੇ 60000 ਰੁਪਏ ਮੈਨੂੰ ਸਾਰੇ ਖਰਚੇ ਕੱਢ ਕੇ ਕਾਊਂਟਿੰਗ ਕਰਕੇ ਲੇਬਰ ਦੀਆਂ ਸਪਰੇਆਂ ਦੀਆਂ ਗੋਡੀਆਂ ਗੱਡੀਆਂ ਕਰਕੇ ਮੈਨੂੰ 60000 ਰੁਪਏ ਇਕੱਲਾ ਬਚਿਆ ਨਹੀਂ ਨਹੀਂ ਇੱਕ ਤਾਂ ਝੋਨੇ ਨੂੰ ਵੱਧ ਬਚਿਆ ਇੱਕ ਝੋਨਾ ਵੀ ਬਚਿਆ ਅਨੇ ਝੋਨਾ ਨਾ ਡਾਲ ਪੈਸੇ ਨਹੀਂ ਝੋਨਾ ਹੀ ਲੈ ਝੋਨੇ ਵਾਲੇ ਸੀਜ਼ਨ ਚ ਹੁੰਦੀ ਹੈ ਮਿਰਚ ਉਹ ਕੇਸ ਪੂਰਾ ਸੀਜ਼ਨ ਤੁਹਾਡਾ ਚੱਲਿਆ ਕਿਉਂ ਝੋਨੇ ਚੋਂ ਪਚਣਾ ਹੀ 25000 ਰੁਪਿਆ ਮਿਰਚਾਂ ਚੋਂ ਬਚਿਆ ਮੈਨੂੰ 60000 ਰੁਪਿਆ ਠੀਕ ਹੈ ਤੇ ਮੈਂ ਸੋਚਿਆ ਵੀ ਦੇਖ ਲੈ ਤਾਂ ਕੰਮ ਐ ਬੜਾ ਵਧੀਆ ਯਾਰ ਹਾਂ ਵੀ ਨਾਲੇ ਹਰ ਰੋਜ਼ ਪੈਸੇ ਆਉਣੇ ਆ ਮਾਰਕੀਟ ਚੋਂ ਤੁਨੂੰ ਕੋਈ ਆੜਤੀ ਲਵੇ ਪੈਸੇ ਨਹੀਂ ਲੈਣ ਜਾਂਦੇ ਮੈਂ ਬੜਾ ਨਹੀਂ ਦੋਸਤੋ ਪਿੱਛੇ ਦੰਨਾ ਮੈਂ ਜਦੋਂ ਮੈਂ ਆੜਤੀਆਂ ਨਾਲ ਮੇਰਾ ਬਾਪ ਹੈ ਗਿਆ ਮੈਂ ਸਾਈਕਲ ਤੇ ਵੀ ਆੜਤੀਆਂ ਦੇ ਘਰੇ ਜਾਂਦਾ ਰਿਹਾ ਜਿਵੇਂ ਹੁਣ ਮਾਤਾ ਨੇ ਕਹਿਤਾ ਵੀ ਆਪਾਂ ਵਿਆਹ ਜਾਣਾ 2000 ਰੁਪਏ ਲੈ ਕੇ ਆਓ ਹਾਂ ਨਾ ਤੇ ਕਈ ਵਾਰ ਉਧਰੋਂ ਵਿਆਹ ਤੇ ਜਾਣਾ ਹੁੰਦਾ ਤੇ ਉਧਰੋਂ ਘਰ ਪੈਸੇ ਨਾ ਹੋਣੇ ਉਧਰੋਂ ਆੜਤੀ ਦੇ ਸਾਈਕਲ ਚੱਕਣਾ 2-3 ਕਿਲੋਮੀਟਰ ਦੂਰ ਜਾਣਾ 5 ਕਿਲੋਮੀਟਰ ਵੀ ਜਾਣਾ ਤਾਂ ਪੈਸੇ ਲੈ ਕੇ ਆਉਣੇ ਉਹ ਸਫਰ ਬੜਾ ਹੂੰ ਫੇਸਫੁਲ ਤੇ ਅੱਛਾ ਤੁਸੀਂ ਜਦੋਂ ਬੰਦੇ ਦੇ ਹੱਥ 'ਚ ਨਾ ਰੋਜ਼ ਪੈਸੇ ਆਉਣ ਲੱਗ ਜਾਣ ਹਾਂ 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 ਹਨਾ ਹਾਂ ਬਾਈ ਇੱਕ ਤਾਂ ਉਹਦਾ ਵੈਸੀ ਸਰਕਲ ਸੌਖਾ ਹੋ ਜਾਂਦਾ ਚੀਜ਼ਾਂ ਬਾਰੇ ਉਹਦੀ ਸੋਚ ਵੀ ਬਦਲ ਜਾਂਦੀ ਆ ਤੇ ਇਹ ਚੰਗਾ ਵੀ ਮੰਨਿਆ ਗਿਆ ਹੂੰ ਹੂੰ ਰੋਜ਼ ਦੀ ਰੋਜ਼ ਜਿਹੜੀ ਆਮਦਨ ਆ ਉਹ ਤੁਹਾਨੂੰ ਬਜਟ ਬਣਾਉਣ 'ਚ ਵੀ ਥੋੜੀ ਸੌਖ ਕਰਦੀ ਆ ਤੁਸੀਂ ਜਦੋਂ ਅਨਮਾਨ ਲਾਉਣਾ ਵੀ ਆਪਣੇ ਭਾਈ ਇੰਨੇ ਕ ਖਰਚੇ ਆ ਤੇ ਇਹ ਇਹ ਹੈ ਤਾਂ ਚੀਜ਼ ਚੰਗੀ ਫੇਰ ਮਿਰਚਾਂ ਦੀ ਖੇਤੀ ਕਿੰਨਾ ਚਿਰ ਕੀਤੀ ਆ ਮਿਰਚਾਂ ਦੀ ਖੇਤੀ 2 ਸਾਲ ਕੀਤੀ ਬਾਈ ਉਹ ਕਿਛੜੀ ਅ ਉਹ ਕਾਰਨ بارش ਸਾਡੇ ਇਲਾਕੇ ਚ ਜ਼ਿਆਦਾ ਹੁੰਦੀ ਸੀ ਇਸ ਏਰੀਆ ਚ بارش ਥੋੜੀ ਜ਼ਿਆਦਾ ਹੁੰਦੀ ਹੈ ਬਈ بارش ਤੋਂ ਮੀਂਹ ਤੋਂ ਉਹ ਗੱਲ ਸੁਣਾ ਵੀਰੇ ਉਹ ਜਿਹੜਾ ਸੀਗਾ ਵੀ ਉਹਨੇ ਉਹ ਖੜਾ ਕਰਿਆ ਵਾ ਹਾਂ ਹਾਂ ਭਾਈ ਹਾਂ ਭਾਈ ਉਹ ਜਿੱਥੇ ਤੁਸੀਂ ਆਪਾਂ ਪੋਲੀ ਹਾਊਸ ਵਾਲੀ ਗੱਲ ਆਪਾਂ ਆਏ ਆ ਨਾ ਪਨੀਤ ਉਹ ਬੜੀਆਂ ਕਈ ਵਾਰ ਇੰਟਰਸਟਿੰਗ ਗੱਲਾਂ ਹੁੰਦੀਆਂ ਨੇ ਨਾ ਹਾਂ ਇੱਕ ਤੁਸੀਂ ਸਾਹਮਣੇ ਆਪਣੇ ਫਾਰਮ ਤੋਂ ਦੇਖ ਰਹੇ ਆ ਉੱਥੇ ਸਾਡੇ ਮਹਾਂਤ ਰਹਿੰਦੇ ਆ ਪੁਰੀਆਂ ਦਾ ਡੇਰਾ ਸਾਧਾਂ ਦਾ ਡੇਰਾ ਠੀਕ ਹੈ ਇੱਥੇ ਇਹਨੂੰ ਕਾਫੀ ਜ਼ਮੀਨ ਹੈਗੀ 500 ਬਿਗੇ ਡੇੜੇ ਗੇੜੇ ਜ਼ਮੀਨ ਹੈਗੀ ਆ ਹਾਂਜੀ ਤੇ ਜਦੋਂ ਬਾਰਸ਼ ਜ਼ਿਆਦਾ ਪੈਂਦੀ ਸੀ ਨਾ ਮੈਂ ਕਰੇਲੇ ਲਾਏ ਹੋਏ ਸੀ ਉਹ ਨੀਚੇ ਵਾਲੇ ਖੇਤ ਦੇ ਵਿੱਚ ਪਾਣੀ ਰੋਜ਼ ਭਰ ਦਿੰਦਾ ਸੀ ਅਸੀਂ ਰੋਜ਼ ਮੋਟਰ ਨਾਲ ਪਾਣੀ ਕੱਢਦੇ ਸੀ ਰੋਜ਼ ਮੋਟਰ ਨਾਲ ਪਾਣੀ ਕੱਢਦੇ ਸੀ ਜੀ ਤੇ ਪਿੰਡਾਂ ਦੇ ਵਿੱਚ ਕਾਫੀ ਇੱਥੇ ਦੋ ਤਿੰਨ ਪਿੰਡਾਂ ਦੇ ਸਾਡੇ ਆਲੇ-ਦਾਲ ਰੌਲਾ ਪੈ ਗਿਆ ਵੀ ਮਿਹਰਬਾਨ ਨੇ ਸਹਾਗਾ ਖੜਾ ਕਰਤਾ ਮੀ ਤਾਂ ਨਹੀਂ ਪਹਿਰਿਆ ਔੜ ਲੱਗੀ ਥੋੜੀ ਜੀ ਮੀ ਨਹੀਂ ਪਿਆ ਮਹੀਨਾ ਡੇਢ ਮਹੀਨਾ ਸੱਚੀ ਗੱਲ ਫੈਲ ਗਈ ਸਭੀ ਬਿਲਕੁਲ ਵੀਰੇ ਸੱਚੀ ਗੱਲ ਫੈਲ ਗਈ ਤੇ ਮੈਨੂੰ ਮੇਰੇ ਸਹੁਰੇ ਨਾਲੇ ਨੇ ਸਾਹਮਣੇ ਮੈਨੂੰ ਉੱਥੋਂ ਵੀ ਮੈਸੇਜ ਆਇਆ ਭਾਈ ਵੀ ਇਹ ਕੰਮ ਨਾ ਕਰੋ ਵੀ ਲੋਕ ਬਾਅਸ ਕਰਨਿਓ ਜਿਵੇਂ ਕਹਿੰਦੇ ਹਾਂ ਕਿਸੇ ਦੇ ਸਹਾਗਾ ਖੜਾ ਕਰਨਾ ਯਾਰ ਕਿਵੇਂ ਮੈਂ ਬੱਸ ਬੇਰ ਮੈਨੂੰ ਸਾਡੇ ਸੰਤਾਂ ਨੇ ਵੀ ਬੁਲਾ ਕੇ ਕਿਹਾ ਕਹਿੰਦਾ ਮਿਹਰਬਾਨ ਵੀ ਇਦਾਂ ਲੋਕ ਕਹਿੰਦੇ ਨੇ ਪਿੰਡ 'ਚ ਗੱਲ ਚੱਲ ਰਹੀ ਆ ਸਾਥ 'ਚ ਵੀ ਗੱਲ ਇਹ ਸੱਚੀ ਆ ਮੈਂ ਕਹਾਂ ਮਹਾਂਤ ਜੀ ਗੱਲ ਹੈ ਤਾਂ ਹੈ ਨਹੀਂ ਬਿਲਕੁਲ ਮੇਰੇ ਤਾਂ ਇਹ ਜੀ ਕੋਈ ਮੇਰੇ ਤਾਂ ਦਿਮਾਗ 'ਚ ਵੀ ਗੱਲ ਨਹੀਂ ਵੀ ਇਦਾਂ ਵੀ ਕੋਈ ਗੱਲ ਹੋ ਜਾਂਦੀ ਆ ਸੈਂਟੀਫਿਕ ਕੋਈ ਕਾਰਨ ਹੈ ਇਦਾਂ ਦਾ ਹਾਂ ਹਾਂ ਤਾਂ ਕਿ ਬਜ਼ੁਰਗ ਕਹਿੰਦੇ ਹਸਾਂ ਅੱਗੇ ਤੈਨੂੰ ਵੀ ਬੈਠਣ ਦਿੰਦੇ ਹੋਂਦੇ ਨਹੀਂ ਫਿਰ ਪੈ ਗਿਆ ਮੀਂਹ ਕਿ ਸੁਹਾਗਾ ਖੜਾ ਹੀ ਰਿਹਾ ਭਾਈ ਨਾ ਤਾਂ ਖੜਾ ਕਰਿਆ ਨਾ ਸਿੱਟਿਆ ਵਾਰਸ ਨੇ ਤਾਂ ਕੁਦਰਤ ਨਾਲ ਪੈਣਾ ਸੀ ਨਾ ਤੇ ਇੱਕ ਵਾਰ ਸੀ ਲੋਕਾਂ ਨੇ ਮੇਰੇ ਨਾਲ ਤੇ ਨਾਮ ਬਣਾਤੀ ਮੀ ਨਹੀਂ ਪਿਆ ਵੀ ਉਹਦੇ ਪਾਣੀ ਕੱਢਦਾ ਰਹਿੰਦਾ ਖੇਤਾਂ ਚ ਪਾਣੀ ਭਰ ਜਾਂਦਾ ਵਾਰ-ਵਾਰ ਪਾਣੀ ਹਰ ਰੋਜ਼ ਕੱਢ ਦਿੰਦਾ ਅੱਛਾ ਪਰ ਉਸ ਸਾਲ ਜ਼ਿਆਦਾ ਆਇਆ ਮੀ ਜਿਸ ਸਾਲ ਤੁਸੀਂ ਖੇਤੀ ਛੱਡਤੀ ਫਿਰ ਹਾਂ ਭਾਈ ਮਿਰਚਾਂ ਫਿਰ ਭਾਈ ਜਦੋਂ ਪਾਣੀ ਭਰ ਜਾਂਦਾ ਦੀ ਖੇਤਾਂ ਚ ਮਿਰਚਾਂ ਮਰ ਜਾਂਦੀਆਂ ਸੀ ਫਿਰ ਉਹਦਾ ਬਦਲ ਲੱਭਦੇ ਰਹੇ ਗਿਆ ਸਟਾਰਟਿੰਗ ਹੈਗੀ ਸੀ ਫਿਰ ਉਸ ਦਿਵਾਰ ਟਮਾਟਰ ਲਾਉਂਦੇ ਰਹੇ ਟਮਾਟਰ ਲਾਇਆ 10 ਸਾਲ ਲਗਾਤਾਰ ਠੀਕ ਹੈ ਇੱਕ ਸਾਲ ਬਾਈ ਟਮਾਟਰਾਂ ਚੋਂ ਬਹੁਤ ਵੱਡਾ ਘਾਟਾ ਪੈ ਗਿਆ ਬੀਜ ਚ ਪ੍ਰੋਬਲਮ ਆ ਗਈ ਹੂੰ ਤੇ ਮੈਂ ਤੇ ਦਵਿੰਦਰભાઈ ਦੋਨੇ ਜਣੇ ਫੋਨ ਤੇ ਗੱਲ ਕਰ ਰਹੇ ਆ ਬਾਈ ਹੁਣ ਹੱਲ ਤਾਂ ਕੋਈ ਨਹੀਂ ਕਹਿੰਦਾ ਬੈਠ ਕੇ ਵੀ ਕੋਈ ਹੱਲ ਨਹੀਂ ਬਾਈ ਮੈਂ ਕਿਹਾ ਠੀਕ ਆ ਯਾਰ ਫਿਲਮ ਦੇਖਦੇ ਆ ਕਿਹੜੀ ਫਿਲਮ ਦੇਖੀ ਅਸੀਂ ਖੰਨੇ ਚਲੇ ਗਏ ਬਾਈ ਘਾਟਾ ਖਾ ਕੇ ਕੌਣ ਫਿਲਮਾਂ ਦੇਖੇ ਦੇਖ ਲੈ ਬਾਈ ਕੰਨੇ ਚਲੇ ਗਏ ਕਹਿੰਦਾ ਬਾਈ ਚੱਲ ਕਹਿੰਦਾ ਵੀ ਵਾਈ ਕੋਈ ਗੱਲ ਨਹੀਂ ਡਰਨ ਦੀ ਕੋ ਲੋੜ ਨਹੀਂ ਫਿਲਮ ਦੇਖ ਚੱਲਦੇ ਆ ਜਾ ਫਿਲਮ ਦੇਖ ਅਸੀਂ ਖੰਨੇ ਫਿਲਮ ਫਿਲਮ ਦੇਖੀ ਕਹਿੰਦਾ ਕੋਈ ਗੱਲ ਨਹੀਂ ਯਾਰ ਅਗਲੇ ਸਾਲ ਸਹੀ ਹੂੰ ਹੈਨਾ ਹਾਂ ਤੇ ਫੇਰ ਕੈਮ ਜੇ ਹੋ ਗਏ ਚੱਲ ਗੱਲਾਂ ਬਾਤਾਂ ਕਰੀਏ ਕਿ ਦੂਜੇ ਦਾ ਹੌਸਲਾ ਹੋ ਗਿਆ ਫੇਰ ਦੁਬਾਰਾ ਫੇਰ ਲਾ ਲੇ ਟਮਾਟਰ ਦੂਸਰੇ ਸਾਲ ਤੇ ਫੇਰ ਉਸ ਤੋਂ ਬਾਅਦ ਟਮਾਟਰਾਂ ਦੀ ਖੇਤੀ ਤੋਂ ਚੱਲਦੇ ਰਹੇ ਫੇਰ ਅਸੀਂ ਮੈਂ ਤੇ ਬਾਈ ਦਵਿੰਦਰ ਦੋਨੇ ਜਾਣੇ ਨਾ ਅੰਬਾਲੇ ਵਾਂਸ ਦੀ ਮਾਰਕੀਟ ਆ ਕਾਫੀ ਵੱਡੀ ਪਨੀਰ ਤੋਂ ਹੁਣ ਵੀ ਹੈਗੀ ਆ ਉੱਥੇ ਠੀਕ ਹੈ ਜੀ ਅਸੀਂ ਬਾਸ ਖਰੀਦਦੇ ਹੁੰਦੇ ਸੀ ਉੱਥੋਂ ਠੀਕ ਹੈ ਟਮਾਟਰਾਂ ਨੂੰ ਸਟੈਕਿੰਗ ਕਰਨ ਵਾਸਤੇ ਕੱਢਣ ਵਾਸਤੇ ਠੀਕ ਹੈ ਮੈਂ ਅਸੀਂ ਦੋਨੇ ਜਣੇ ਬਾਸ ਖਰੀਦਣ ਚਲੇ ਗਏ ਹਾਂਜੀ ਬਾਸ ਖਰੀਦਣ ਗਏ ਵੇ ਤੇ ਉੱਥੇ ਮੁੰਡਾ ਜੰਗ ਜਾ ਮੁੰਡਾ ਸੀ ਬੜਾ ਨਾਈਸ ਮੁੰਡਾ ਸੀ ਬਹੁਤ ਸਾਡੇ ਨਾਲ ਵਧੀਆ ਉਹਦਾ ਪ੍ਰੇਮ ਸੀ ਦੀਪੂ ਨਾਮ ਸੀ ਮੈਨੂੰ ਕਹਿੰਦਾ ਮਿਹਰਬਾਨ ਐਡੇ ਐਡੇ ਲੰਬੇ ਬਾਸ ਇਸ ਵਾਰ ਕਿਉਂ ਖਰੀਦ ਰਹੇ ਆ ਮੈਂ ਕਿਹਾ ਵੀ ਤੁਹਾਡੇ ਲਈ ਇਸ ਵਾਰ ਦੂਸੇ ਸਟੈਂਡਰਡ ਸਾਈਜ਼ ਆਏ ਨੇ 7 ਫੁੱਟਾਂ ਅਸੀਂ ਇਹ ਚੱਲੇ ਇਹ ਲੈ ਕੇ ਜਾ ਕੇ ਕੱਟ ਲਾਂਗੇ ਹਾਂ ਕਹਿੰਦਾ ਮੈਂ ਕਿਹਾ ਕਿਤੇ ਵੀ ਤੁਸੀਂ ਕਾਗਜ਼ ਦੇ ਘਰ ਬਣਾਣੇ ਕਾਫੀ ਦੇ ਘਰ ਮਤਲਬ ਉਹ ਪੋਲੀ ਹਾਊਸ ਕਹਿੰਦਾ ਅੱਛਾ ਅੱਛਾ ਪੋਲੀ ਹਾਊਸ ਉਹਦਾ ਕਹਿੰਦਾ ਮੈਂ ਕਿਹਾ ਜੀ ਹਾਂ ਕਹਿਣ ਤਾਂ ਮੈਂ ਕਿਹਾ ਜੀ ਮੈਂ ਸਾਨੂੰ ਕਾਗਜ਼ ਦੇ ਘਰਾਂ ਬਾਰੇ ਕੁਝ ਪਤਾ ਨਹੀਂ ਫਿਲਹਾਲ ਐਸਾ ਹਾਂ ਕਹਿੰਦੇ ਵੀ ਸਾਡੇ ਉਰੇ ਸਾਤ ਤੋਂ ਬਾਂਸ ਲੈ ਕੇ ਗਿਆ ਕੋਈ ਕੋਸੜ ਨਾਮ ਦਾ ਹੈਗਾ ਵਪਾਰੀ ਹੈ ਕੋਈ ਠੀਕ ਹੈ ਹੈ ਤਾਂ ਬੇਸਿਕ ਉਹ ਬਾਣੀਆਂ ਹਾਂ ਵੀ ਉਹਨੇ ਠੇਕੇ ਦੀ ਜ਼ਮੀਨ ਲੈ ਕੇ ਉਹਨੇ ਘਰ ਬਣਾਇਆ ਪਲਾਸਟਿਕ ਦਾ ਵੀ ਉਹਦੇ ਵਿੱਚ ਸਬਜ਼ੀਆਂ ਲਾਈਆਂ ਨੇ ਹਾਂ ਵੀ ਮੈਂ ਸੋਚਿਆ ਵੀ ਸ਼ਾਇਦ ਤੁਸੀਂ ਉਹ ਲਾਉਣ ਦੇਣਾ ਤੇ ਮੈਂ ਅਰਵਿੰਦਰ ਬਾਈ ਦੋਨੇ ਮੰਜੇ ਤੇ ਬੈਠੇ ਚਾਹ ਪੀਨੇ ਆ ਤੇ ਮੈਂ ਕਿਹਾ ਦਵਿੰਦਰ ਬਾਈ ਕਹਿੰਦਾ ਮੈਨੂੰ ਕਹਿੰਦਾ ਮਿਹਰਬਾਨ ਆਪਾਂ ਕਿਉਂ ਨਾ ਦੇਖ ਲਈਏ ਇੰਨੇ ਆਪਣੀਆਂ ਗੱਡੀਆਂ ਲੋਡ ਹੁੰਦੀਆਂ ਨੇ ਯਾਰ ਆਪਣੇ ਲਈ ਬੇ ਟਾਈਮ ਵੀ ਹੈਗਾ ਹਾਂ ਚਲ ਅਸੀਂ ਜੀ ਉੱਥੇ ਨਾਲ ਦੇ ਪਿੰਡ ਸੀ ਉੱਥੇ ਚਲੇ ਗਏ ਸਾਨੂੰ ਪਤਾ ਲੱਗੇ ਵੀ ਸਰਪੰਚ ਦੀ ਜ਼ਮੀਨ ਉਹਨੇ ਠੇਕੇ ਤੇ ਲਈ ਹੈ ਅਸੀਂ ਸਰਪੰਚ ਦੇ ਘਰੇ ਚਲੇ ਗਏ ਹਾਂ ਤੇ ਸਰਪੰਚ ਦੇ ਅੱਗੇ ਜਾ ਕੇ ਜਿਵੇਂ ਤੁਸੀਂ ਦੇਖਿਆ ਹੁੰਦਾ ਆਪਣੇ ਦਹਲਾਨ ਚ ਮੂਰੇ ਕੀ ਪਾਇਆ ਹੁੰਦਾ ਮੂਰੇ ਘਰ ਦੇ ਮੂਰੇ ਕਹਿੰਦੇ ਹੁੰਦੇ ਆ ਤੁਹਾਡੇ ਇਲਾਕੇ ਚ ਤਾਂ ਹੈਗੇ ਆ ਕਾਫੀ ਬਣਾਏ ਹੋਏ ਬਰਾਂਡਾ ਟਾਈਪ ਜਿਹਾ ਮੂਰੇ ਬਣਾਇਆ ਹੁੰਦਾ ਅੱਛਾ ਦਰਵਾਜ਼ਾ ਦਰਵਾਜ਼ਾ ਉੱਥੇ ਸਰਪੰਚ ਸਾਹਿਬ ਬੈਠੇ ਦੀ ਕੁਰਸੀਆਂ ਤੇ ਕੁਰਸੀ ਤੇ ਤੇ ਮੂਰੇ ਬਾਕੀ ਲੋਕ ਵੀ ਬੈਠੇ ਸੀ ਥੋੜੇ ਜਿ ਉੱਥੇ ਦੇ ਅਸੀਂ ਕਹ ਜੀ ਇਦਾਂ ਤੋਂ ਇਦਾਂ ਸਾਨੂੰ ਪਤਾ ਲੱਗਿਆ ਤੁਹਾਡੇ ਖੇਤ ਚ ਸਬਜ਼ੀਆਂ ਦੀ ਕੀਤੀ ਕਿਸੇ ਨੇ ਪਲਾਸਟਿਕ ਦੇ ਘਰ ਬਣਾਏ ਨੇ ਹੂੰ ਸਾਨੂੰ ਤਾਂ ਬਾਅਦ ਚ ਪਤਾ ਲੱਗਿਆ ਨਾ ਜਿਹਨੂੰ ਪੋਲੀ ਹਾਊਸ ਕਹਿੰਦੇ ਆ ਅੱਛਾ ਅੱਛਾ ਉਦੋਂ ਤੱਕ ਤੁਹਾਨੂੰ ਮਤਲਬ ਉਹੀ ਜਿਵੇਂ ਹੁਣ ਮੈਂ ਉਲਝਿਆ ਵੀ ਕਾਗਜ਼ ਵਾਲੇ ਘਰ ਹੀ ਸੀਗੇ ਉਦੋਂ ਦਾ ਹਾਂ ਕਾਗਜ਼ ਵਾਲੇ ਘਰ ਹੀ ਸੀਗੇ ਚਲੋ ਜੀ ਉੱਥੇ ਜ گئے ਇੰਨੇ ਨੂੰ ਸਾਡੇ ਜਾਨਦਨ ਕੋਸੜ ਸਾ ਅਸੀਂ ਉਹਨਾਂ ਤੋਂ ਸਾਰੀ ਜਾਣਕਾਰੀ ਲਈ ਕਿੱਥੋਂ ਕਾਗਜ਼ ਲਿਆ ਤੁਸੀਂ ਕਿੱਥੋਂ ਕਿੱਥੋਂ ਪਲਾਸਟਿਕ ਲਿਆ ਕੀ ਲਿਆ ਅਸੀਂ ਭਾਈ ਇੱਕ ਇੱਕ ਗੱਡੀ ਉੱਤੇ ਵੰਸਾਂ ਦੀ ਹੋਰ ਲੱਦ ਲਈ ਅਸੀਂ ਜਾ ਕੇ ਹੱਕ ਤਾਂ ਸਟਾਰਟ ਕਰਤਾ ਕੰਮ ਐ ਤੇ ਬਾਈ ਨੇ ਦੋਨਾਂ ਨੇ ਦਵਿੰਦਰ ਨੇ ਤੇ ਅਸੀਂ ਉਹਦੇ ਕੋਈ ਤੁਸੀਂ ਟ੍ਰੇਨਿੰਗ ਕੋਈ ਨਹੀਂ ਸੀ ਉਹ ਆਪ ਹੀ ਚੱਕਦਾ ਆਪ ਚੱਕਦਾ ਬਾਈ ਉਹ ਦੇਖ ਲਿਆ ਵੀ ਉਹਨੇ ਕਿਵੇਂ ਜਲਾ ਹਾਂ ਬਾਈ ਹਾਂ ਹਾਂ ਅੱਛਾ ਤੇ ਫਿਰ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਤਿਆਰ ਕੀਤਾ ਮਹੀਨਾ ਲੱਗਿਆ ਸਾਨੂੰ ਮਹੀਨਾ ਲੱਗ ਗਿਆ ਤੇ ਲੱਗਣ ਤੋਂ ਬਾਅਦ ਤਿਆਰ ਕਰਕੇ ਫਿਰ ਸਾਨੂੰ ਉਸ ਚ ਕਾਫੀ ਸਲਾਗਾ ਵੀ ਮਿਲੀ ਜਿੰਨੇ ਵੀ ਸਾਡੇ ਸਰਕਾਰੀ ਅਫਸਰ ਆਰਟੀਕਲਚਰ ਡਿਪਾਰਟਮੈਂਟ ਕੋਈ ਨਵਾਂ ਕਨਸੈਪਟ ਸੀ ਤੇ ਇਹ 2007 ਕ ਦੀ ਗੱਲ ਹੈ ਜੀ ਹੂੰ ਫਿਰ ਉਸ ਤੇ ਅਸੀਂ ਸਿਮਲਾ ਮਿਰਚ ਲਾਈ ਤੇ ਸਿਮਲਾ ਮਿਰਚ ਦਾ ਸਾਨੂੰ ਕਾਫੀ ਅੱਛਾ ਰਿਸਪਾਂਸ ਮਿਲਿਆ ਫਿਰ ਅਸੀਂ ਪਰਮਾਨੈਂਟ ਸਟਰਕਚਰ ਦੇ ਬਾਰੇ ਸੋਚਿਆ ਵੀ ਕਿ ਇੱਕ ਕਿਲਾ ਲਾਈਏ ਹੂੰ ਫਿਰ ਅਸੀਂ ਬੈਂਕ ਤੋਂ ਲੋਨ ਕਰਵਾਇਆ ਹੂੰ ਇੱਕ ਇੱਕ ਕਿਲਾ ਅਸੀਂ ਪੋਲੀ ਹਾਊਸ ਦਾ ਲਾਇਆ ਦੋਨਾਂ ਨੇ ਫਿਰੋਜ ਨਾਲੇ ਕਹਿੰਦੇ ਦੋ ਕਿੱਲਾਂ ਤੋਂ ਘੱਟ ਦਵਿੰਦਰભાઈ ਕਹਿੰਦੇ ਹੁੰਦੇ ਪੜਤਾ ਨਹੀਂ ਪੈਂਦਾ ਹਾਂ ਬਾਈ ਪਹਿਲਾ ਕਿੱਲਾ ਕਿੱਲਾ ਲਾਇਆ ਪਹਿਲਾ ਕਿੱਲਾ ਲਾਇਆ ਅਗਲੇ ਸਾਲ ਨਾਲ ਦੀ ਨਾਲ ਫਿਰ ਹਾਂ ਬਾਈ ਨੇ ਪੰਜ ਛੇ ਕਿੱਲੇ ਲਾ ਲਏ ਹਾਂ ਤੇ ਮੈਰੇ ਮੈਂ ਚਾਰ ਕਿੱਲੇ ਲਾ ਲੇ ਠੀਕ ਹੁਣ ਚਾਰ ਕਿੱਲੇ ਅੱਗੇ ਮੈਂ ਹੁਣ ਦੁਬਾਰਾ ਫੇਰ ਸਟੈਂਡ ਕੀਤੇ ਦੋ ਸਾਲ ਪਹਿਲਾਂ ਹੀ ਕੀਤੇ ਠੀਕ ਹੈ ਜੀ ਤੇ ਉਹਦੇ ਵਿੱਚ ਵੀ ਕਾਫੀ ਪਹਿਲਾਂ ਪਹਿਲਾਂ ਸਮੱਸਿਆਵਾਂ ਆਈਆਂ ਕਿਉਂਕਿ ਨਮੀ ਖੇਤੀ ਸੀ ਬਾਈ ਹਾਂ ਤੇ ਕਈ ਵਾਰ ਪਤਾ ਨਹੀਂ ਹੁੰਦਾ ਨਮੀ ਕੀਤੀ ਦਾ ਪਾਣੀ ਦਾ ਕਿਸ ਤਰ੍ਹਾਂ ਤੁਸੀਂ ਲੈਣਾ ਕਿਹੜਾ ਪਾਣੀ ਲੈਣਾ ਕਈ ਵਾਰ ਕਿਸੇ ਕਿਤੇ ਨਾ ਕੁਦਰਤ ਵੱਲੋਂ ਹੀ ਨਾ ਕਈ ਜਗ੍ਹਾ ਤੇ ਜਿਵੇਂ ਤੁਸੀਂ ਬਾਈ ਦਵਿੰਦਰ ਦੀ ਗੱਲ ਕੀਤੀ ਹੈ ਜਾਂ ਮੇਰੇ ਫਾਰਮ ਦੀ ਗੱਲ ਕੀਤੀ ਹੈ ਸਾਡੇ ਪਾਣੀ ਦੀ ਕੁਸ ਕੁਆਲਿਟੀ ਹੋਰ ਹੈ ਉਸ ਫਾਰਮ ਦੀ ਕੁਆਲਿਟੀ ਹੋਰ ਹੈ ਦਵਿੰਦਰ ਬਾਈ ਦਾ ਤਾਂ ਨਾ ਇਹ ਉਹ ਨਹਿਰ ਦੇ ਕਰਕੇ ਪਾਣੀ ਹੈ ਤੇ ਮੈਨੂੰ ਲੱਗਦਾ ਉੱਥੋਂ ਤਾਂ ਸ਼ਰਬਤ ਵਰਗਾ ਪਾਣੀ ਹੈ ਬਿਲਕੁਲ ਜੀ ਮੈਨੂੰ ਪਾਣੀ ਦੀ ਬੜੀ ਸਮੱਸਿਆ ਸੀ ਮੇਰੀ ਕੋਣੀ ਖਰਾਬ ਸੀ ਖਰਾਬ ਸੀ ਸਾਡਾ ਏਸੀ ਜਿਆਦਾ ਪਾਣੀ ਦੀ ਠੀਕ ਹੈ ਜੀ ਹਾਂਜੀ ਉਹਦੇ ਕਰਕੇ ਜਿਹੜੇ ਪੋਲੀ ਹਾਊਸ ਨੈੱਟ ਹਾਊਸ ਹੈ ਉਹਨੂੰ ਪਾਣੀ ਜਿਆਦਾ ਸੂਟੇ ਵੱਲ ਨਹੀਂ ਹੈਗਾ ਕਿਉਂਕਿ ਰੋਜ਼ ਦੀ ਰੋਜ਼ ਜਿੰਨੇ ਵੀ ਤੁਸੀਂ ਇਹਨਾਂ ਨੂੰ ਨੇਚਰਲ ਚੀਜ਼ਾਂ ਦੇਣੀਆਂ ਨੇ ਤੇ ਪੱਤੇ ਥੋੜੇ ਤਾਂ ਹੀ ਮੱਚੇ ਵੀ ਆ ਉਹ ਜਿਵੇਂ ਆ ਮੱਚਾ ਪਿਆ ਉਹ ਬਾਰਸ਼ ਕਰਕੇ ਪਹਿਲਾਂ ਪਹਿਲਾਂ ਨੇ ਬਾਰਸ਼ ਜਿਆਦਾ ਹੋ ਗਈ ਸੀ ਜਦੋਂ ਪਹਿਲਾਂ ਲਾਏ ਪlant ਲੱਗੇ ਆ ਹਾਂ ਹੁਣ ਠੀਕ ਹੈ ਨਹੀਂ ਹੁਣ ਤਾਂ ਤੁਸੀਂ ਇਹਨੂੰ ਮੀਂਹ ਦਾ ਪਾਣੀ ਦਿੰਨੇ ਹੋ ਸਟੋਰ ਕਰਕੇ ਹੁਣ ਅਸੀਂ ਮੀਂਹ ਦਾ ਪਾਣੀ ਦਿੰਨੇ ਆ ਸਟੋਰ ਕਰਕੇ ਸਾਰਾ ਬਾਰਸ਼ ਦਾ ਪਾਣੀ ਦਿੰਨੇ ਆ ਆ ਗੱਡੀ ਖੜੀ ਆ ਹਾਂ ਜੀ ਤੇ ਕਿੰਨਾ ਲਾਦੇ ਹੋ ਬਾਈ ਇਹ ਕਿੰਨਾ ਜਾਂਦਾ ਰੋਜ਼ ਇਹ ਇਹਦੇ ਵਿੱਚ ਬਾਈ ਜੀ ਇੱਕ ਗੱਡੀ ਚ ਜਾਂਦਾ ਸਾਡਾ 3 ਟਨ ਜਾਂਦਾ ਠੀਕ ਆ ਹੂੰ ਰੋਜ਼ ਜਾਂਦਾ ਤਿੰਨ ਟਨ ਜਿਆਦਾ ਜਾਂਦਾ ਰੋਜ਼ ਤਾਂ ਜੀ ਅੱਛਾ ਰੋਜ਼ ਤਾਂ ਤਕਰੀਬਨ 7-8 ਟਨ ਮਾਲ ਜਾਂਦਾ ਜੀ ਸਹੀ ਹੈ ਹਾਂ ਜੀ ਤੇ ਇਹ ਜਾਊਗਾ ਖੰਨਾ ਖੰਨਾ ਮਲੇਰਕੋਟਲਾ ਤੇ ਬਿਲਕੁਲ ਕੋਟਲਾ ਪਟਿਆਲਾ ਜੀ ਪਟਿਆਲਾ ਮੰਡੀ ਲੁਧਿਆਣਾ ਅਲੱਗ-ਅਲੱਗ ਮੰਡੀਆਂ ਚ ਅਲੱਗ-ਅਲੱਗ ਅਸੀਂ ਉਹ ਕਰਦੇ ਹੈਗੇ ਨਾ ਸਹੀ ਆ ਅੱਛਾ ਤਾਂ ਚਲੋ ਆਪਾਂ ਵਾਪਸ ਫੇਰ ਉਹਨਾਂ ਗੱਲਾਂ ਤੇ ਅੱਛਾ ਪਾਣੀ ਦੀ ਸਮੱਸਿਆ ਨਾ ਫਿਰ ਤੁਸੀਂ ਫਿਰ ਪੂਰਾ 2-4 ਉਹਦੋਂ ਹੋਏ ਉਹਦਾ ਹੱਲ ਤੁਸੀਂ ਮੀਂਹ ਦੇ ਪਾਣੀ ਰਹੀਂ ਕੱਢਿਆ ਨਹੀਂ ਬਾਈ ਪਹਿਲਾਂ ਤਾਂ ਨਾ ਮੈਂ ਜਦੋਂ ਮੈਨੂੰ ਪਤਾ ਲੱਗਿਆ ਮੇਰਾ ਪਾਣੀ ਜਿਆਦਾ ਸਹੀ ਨਹੀਂ ਹੈਗਾ ਇਸ ਖੇਤੀ ਵਾਸਤੇ ਪਹਿਲਾਂ ਤਾਂ ਮੈਂ 500 ਫੁੱਟ ਡੂੰਘਾ ਬੋਰ ਕਰਵਾਇਆ ਠੀਕ ਹੈ ਜੋ ਮੇਰੇ ਇਲਾਕੇ 'ਚ ਨਾ ਤਕਰੀਬਨ 200 ਫੁੱਟ ਡੂੰਘਾ ਬੋਰ ਚੱਲਦਾ ਹੂੰ ਤੇ ਉਸ ਦੇ ਵਿੱਚ ਬਾਈ ਬੋਰ ਕਰਨ ਦੇ ਵਿੱਚ ਪਹਿਲਾਂ ਤਾਂ ਕਾਫੀ ਬੰਦਿਆਂ ਤੋਂ ਸਲਾਹ ਲੈਣੀ ਪਈ ਨਮਾ ਕੰਮ ਸੀ ਪਤਾ ਨਹੀਂ ਸੀ ਆਪ ਨੂੰ ਵੀ ਹਾਂਜੀ ਤੇ ਕੋਈ ਬੰਦਾ ਕਹਿੰਦਾ ਸੀ ਬਰਮੇ ਵਾਲਾ ਬੋਰ ਕਰਵਾ ਲਓ ਮਸ਼ੀਨ ਨਾਲ ਹੂੰ ਕਈ ਮੇਰਾ ਦੋਸਤ ਕਈ ਮਿੱਤਰ ਜਿਹੜੇ ਇਸ ਲੈਂਡ ਦੇ ਨਾਲ ਨੇ ਕੋਈ ਵਧੀਆ ਬੰਦੇ ਨੇ ਉਹ ਸਲਾਹ ਦਿੰਦੇ ਸੀ ਵੀ ਉਹ ਬੋਰ ਬਹੁਤਾ ਟਾਈਮ ਚੱਲਦਾ ਨਹੀਂ ਹੈਗਾ ਉਹ ਜ਼ਿਆਦਾ ਰੇਤਾ ਕੱਢ ਦਿੰਦੀ ਆ ਮਸ਼ੀਨ ਆ ਬਰਮੇ ਵਾਲਾ ਬਰਮੇ ਵਾਲੀ ਵੀ ਉਹ ਟੁੱਟ ਜਾਂਦੀਆਂ ਨੇ ਢੋਲੀਆਂ ਤੇ ਸਾਡੇ ਇਲਾਕੇ 'ਚ ਕੋਈ 500 ਫੁੱਟ ਡੂੰਘਾ ਬੋਰ ਕਰਨ ਵਾਲਾ ਕਾਰੀਗਰ ਨਹੀਂ ਸੀ ਬੰਦਾ ਫਿਰ ਉਹਦੀ ਖੋਜ ਕਰਨੀ ਸਟਾਰਟ ਕੀਤੀ ਸਾਲ ਕ ਲੱਗਿਆ ਫਿਰ ਬੰਦਾ ਮਿਲਿਆ ਇੱਕ ਕਹਿੰਦਾ ਵੀ ਮੇਰੀ ਗਰੰਟੀ ਹੈ ਮੈਂ 500 ਫੁੱਟ ਬੋਰ ਕਰੂੰਗਾ ਮੇਰਾ ਟਾਈਮ ਜਿੰਨਾ ਮਰਜ਼ੀ ਲੱਗ ਜੇ ਠੀਕ ਹੈ ਤੇ ਉਹ ਬੜਾ ਵਧੀਆ ਮੁੰਡਾ ਕਾਰੀਗਰ ਸੀ ਉਹ ਧੂਰੀਵਾਲ ਦਾ ਸੀ ਧੂਰੀਵਾਲ ਬੋਰ ਕਰਦਾ ਉਹ ਹਾਂ ਉਧਰ ਤੇ ਫਿਰ ਉਹ 500 ਫੁੱਟ ਬੋਰ ਕਰਾਇਆ ਵੀ ਉਹਦਾ ਪਾਣੀ ਵੀ ਮੈਨੂੰ ਮaafਕ ਨਹੀਂ ਆਇਆ ਸਹੀ ਨਹੀਂ ਮਿਲਿਆ ਹੂੰ ਫਿਰ ਉਸ ਤੋਂ ਬਾਅਦ ਉਹਤੇ ਖਰਚਾ ਕਰਨ ਤੋਂ ਬਾਅਦ ਫਿਰ ਮੈਂ ਸੋਚਿਆ ਵੀ ਜਦੋਂ ਹੁਣ ਕੰਮ ਨਹੀਂ ਚੱਲਦਾ ਹੂੰ ਤਾਂ ਫਿਰ ਬਾਈ ਜੀ ਮੈਂ ਉਹ ਬਣਾਇਆ ਪੌਂਡ ਬਣਾਇਆ ਪਾਣੀ ਸਟੋਰ ਕਰਨਾ ਚੱਪੜ ਬਣਾ ਰਿਹਾ ਚੱਪੜ ਬਟਲਿਆ ਆਪੀ ਟੱਟ ਲਿਆ ਵੀਰੇ ਹਾਂ ਆਪ ਹੀ ਕਰਿਆ ਸਾਰਾ ਕੁਝ ਕਿੰਨੇ ਕਿੱਲੇ ਚ ਬਟਿਆ ਉਹ ਆਪਾਂ ਦਿਖਾਓ ਅੱਧੇ ਕਿੱਲੇ ਚ ਬਈ ਅੱਧੇ ਕਿੱਲੇ ਅੱਧੇ ਕਿੱਲੇ ਚ ਬਟੇ ਬਈ ਤੇ ਉਹਦੇ ਚ ਫਿਰ ਤੁਸੀਂ ਨਹਿਰੀ ਪਾਣੀ ਨਹਿਰੀ ਪਾਣੀ ਵੀ ਕਰਦੇ ਹੋ ਸਟੋਰ ਉਹਦੇ ਵਿੱਚ ਬਾਰਸ਼ ਦਾ ਪਾਣੀ ਜਿਆਦਾ ਤੋਂ ਜਿਆਦਾ ਜਿੰਨਾ ਹੋ ਸਕਦਾ ਠੀਕ ਹੈ ਜੀ ਜਦੋਂ ਬਾਰਸ਼ ਨਹੀਂ ਪੈਂਦੀ ਤਾਂ ਉੱਥੇ ਮੈਨੂੰ ਨਹਿਰ ਦਾ ਪਾਣੀ ਵੀ ਲੱਗਿਆ ਹੋਇਆ ਹੈਗਾ ਹੂੰ ਫਿਰ ਉਹਦੇ ਵਿੱਚ ਨਹਿਰ ਦਾ ਪਾਣੀ ਪਾ ਲੈਨੇ ਆ ਬਈ ਤੁਸੀਂ ਤਰਜੀਹ ਇਹਨੂੰ ਦਿੰਦੇ ਹੋ ਨਹਿਰੀ ਪਾਣੀ ਨੂੰ ਜਾਂ ਬਾਰਸ਼ ਦੇ ਪਾਣੀ ਨੂੰ ਬਾਰਸ਼ ਦੇ ਨੂੰ ਜਿਆਦਾ ਕਿੰਨਾ ਹੈ ਜੀ ਠੀਕ ਹੈ ਜ ओके ਨਹਿਰ ਦੇ ਪਾਣੀ ਨਾਲੋਂ ਜ਼ਿਆਦਾ ਕਹਿੰਦੇ ਵਾਰਸ ਦਾ ਪਾਣੀ ਜ਼ਿਆਦਾ ਕੁਆਲਿਟੀ ਜ਼ਿਆਦਾ ਹੁੰਦੀ ਹੈ ਥੋੜੀ ਉਹ ਈਸੀ ਜ਼ਿਆਦਾ ਹੋਰ ਡਾਊਨ ਹੁੰਦੀ ਹੈ ਕਿਉਂਕਿ ਸਾਨੂੰ ਜਿਹੜੇ ਨਿਊਟਰੀਐਂਟ ਅਸੀਂ ਦਿੰਨੇ ਆ ਹਾਂ ਆ ਇੱਕ ਦਿਨ ਛੱਡ ਕੇ ਪਾਣੀ ਚ ਘੋਲ ਕੇ ਪਲਾਂਟਸ ਨੂੰ ਉਹ ਈਸੀ ਜਿੰਨੀ ਪਾਣੀ ਦੀ ਜ਼ਿਆਦਾ ਡਾਊਨ ਹੋਵੇ ਕਿ ਉਹ ਜ਼ਿਆਦਾ ਫਾਇਦੇਮੰਦ ਰਹਿੰਦੇ ਆ ਸਾਨੂੰ ਇਸ ਲਈ ਇਹ ਨਹਿਰੀ ਪਾਣੀ ਨੂੰ ਅਸੀਂ بارش ਦੇ ਪਾਣੀ ਨੂੰ ਜ਼ਿਆਦਾ ਤਰਜੀਹ ਦਿੰਨੇ ਆ ਪਾਣੀ ਦੋਨੇ ਚੰਗੇ ਆ ਨਹਿਰੀ ਪਾਣੀ ਵੀ ਚੰਗਾ ਤੇ بارش ਦਾ ਪਾਣੀ ਵੀ ਉਹਨਾਂ ਜਿਆਦਾ ਹੀ ਚੰਗਾ ਬਾਈ ਤੇ ਮਿੱਟੀ ਨੂੰ ਲੈ ਕੇ ਤੁਹਾਨੂੰ ਕਦੇ ਦਿੱਕਤ ਨਹੀਂ ਆਈ ਇੱਥੇ ਮਿੱਟੀ ਨੂੰ ਲੈ ਕੇ ਬਹੁਤ ਦਿੱਕਤ ਆਈ ਪਨੀ ਤੋਰੇ ਮੇਰੇ ਫਾਰਮ ਤੇ ਤੁਹਾਨੂੰ ਦਿੱਕਤ ਆਈ ਕਿਹੜੀ ਨਹੀਂ ਬਾਈ ਸਾਰੀਆਂ ਦਿੱਕਤਾਂ ਬਾਈ ਬਹੁਤ ਦਿੱਕਤਾਂ ਨਾਲ ਡੜੇ ਰਹੇ ਬਹੁਤ ਡੜੇ ਰਹੇ ਵੀਰੇ ਪਰ ਫਿਰ ਮੈਦਾਨ ਛੱਡਣ ਦਾ ਕੋਈ ਹੈ ਨਹੀਂ ਸੀ ਮਰਦਾਨਗੀ ਵਾਲਾ ਕੰਮ ਨਹੀਂ ਸੀ ਲੱਗਿਆ ਮੈਨੂੰ ਵੀ ਮੈਦਾਨ ਛੱਡ ਦੇਣਾ ਪਿੱਛੇ हट ਜਾਣਾ ਜਦੋਂ ਮੈਂ ਸਬਜ਼ੀ ਦੀ ਖੇਤੀ ਕਰਨ ਲੱਗਿਆ ਦੇਖੋ ਜਦੋਂ ਮੈਨੂੰ ਇੰਨਾ ਪਤਾ ਨਹੀਂ ਸੀ ਜਦੋਂ ਫਿਰ ਇਸ ਖੁੱਭਗੇ ਦਾ ਪਤਾ ਲੱਗਣ ਲੱਗੇ ਵੀ ਤਾਂ ਮਿੱਟੀ ਬਹੁਤ ਸਖਤਾ ਕਲਰ ਦੀ ਮਿੱਟੀ ਹੈ ਔਰ ਇਹਦਾ ਹਾਂ ਵੀ ਇਸ ਤਾਂ ਬਹੁਤ ਕਿਉਂਕਿ ਜਦੋਂ ਥੋੜਾ ਜਿਹਾ ਪਾਣੀ ਅੱਜ ਪਾਣੀ ਲਾਇਆ ਆ ਇਸ ਦਿਨਾਂ ਦੇ ਵਿੱਚ ਦੂਸਰੇ ਦਿਨ ਤਾਂ ਖੁਰਪਾ ਵੀ ਨਹੀਂ ਸੀ ਲੱਗਦਾ ਔਰ ਇਹ ਖੁਰਪਾ ਵੀ ਸਿਰ ਨੂੰ ਆਉਂਦਾ ਜਿਵੇਂ ਕਹਿ ਦਿੰਨੇ ਆ ਹਾਂ ਤੇ ਥੋੜੇ-ਥੋੜੇ ਬਰੀਕ ਰੂੜ ਪੈਰਾਂ ਚ ਚੁਬਣੇ ਹਾਂ ਬਾਈ ਜੀ ਫੇਰ ਉਰੇ ਮਿੱਟੀ ਪਾਣੀ ਸਟਾਰਟ ਕੀਤੀ ਮੈਂ ਰੇਤਾ ਲਿਆ ਕੇ ਟਿੱਬਿਆਂ ਚ ਹਾਂ ਉਹ ਪਾਇਆ ਫੁੱਟ ਫੁੱਟ ਜ਼ਮੀਨ ਚ ਠੀਕ ਹੈ ਜੀ ਤੇ ਫੇਰ ਕਿਤੇ ਜਾ ਕੇ ਥੋੜੀ ਜ਼ਮੀਨ ਆ ਖੇਤੀ ਕਰਨ ਯੋਗੀ ਸਬਜੀ ਦੀ ਜੋਗ ਬਣਾਈ ਮੈਨੂੰ ਬਾਈ ਦੀ ਸਭ ਤੋਂ ਜਿਹੜੀ ਵਧੀਆ ਲਾਈਨ ਲੱਗੀ ਉਹ ਕਹਿੰਦਾ ਵੀ ਮੈਂ ਤਾਂ ਜਿੰਨੇ ਪੈਸੇ ਖੇਤੀ ਚ ਕਮਾਉਣਾ ਆਪਦੇ ਖੇਤ ਚ ਹੀ ਲਾ ਦਿੰਦਾ ਹਾਂ ਬਾਈ ਮੇਰਾ ਸੌਂਕ ਹੈ ਜਿੱਨੇ ਮੇਰੇ ਪੈਸੇ ਮੈਨੂੰ ਕਮਾ ਰਿਆ ਨਾ ਮੈਂ ਉਹੀ ਫਾਰਮ ਤੇ ਕੋਈ ਨਾ ਕੋਈ ਨਵੀਂ ਗੱਲ ਕਿਸੇ ਪਾਸਤੇ ਰਸਤਾ ਕੱਚਾ ਲੱਗਦਾ ਉੱਥੇ ਪੱਕਾ ਕਰਾ ਲੈਣਾ ਹਾਂ ਕੋਈ ਹੋਰ ਨਵੀਂ ਚੀਜ਼ ਕੋਈ ਕਿਤੋਂ ਬਾਹਰੋਂ ਪਤਾ ਲੱਗਦੀ ਹੈ ਕੋਈ ਨਵੀਂ ਇਨੋਵੇਸ਼ਨ ਉਹ ਨਵੀਂ ਲਿਆਉਣੀ ਹੈ ਕਰਦੇ ਨਹੀਂ ਕਹਿੰਦੇ ਵੀ ਸਾਰੇ ਖੇਤ ਹੀ ਮੜੀ ਜਾਂਦੇ ਕਹਿੰਦੇ ਤਾਂ ਬਹੁਤ ਨੇ ਜੀ ਸਾਰੇ ਕਹਿੰਦੇ ਹੁੰਦੇ ਸਾਨੂੰ ਪਤਾ ਹੀ ਹੈ ਜੀ ਆ ਜਦੋਂ ਜਨੂੰਨ ਨਵੇਂ ਕੰਮ ਹੁੰਦਾ ਨਾ ਕਈ ਬੰਦਿਆਂ ਦੇ ਨਵੇਂ ਕੰਮਾਂ ਬਾਰੇ ਕਈਆਂ ਨੂੰ ਪਤਾ ਨਹੀਂ ਹੁੰਦਾ ਕਿਸੇ ਨਵੇਂ ਕੰਮ ਦਾ ਉਹਨਾਂ ਨੇ ਨਾ ਸਵਾਦ ਲੈਣਾ ਹੁੰਦਾ ਇੱਕ ਗੱਲ ਦਾ ਹਨਾ ਹਾਂ ਕਰਨਾ ਉਹਨਾਂ ਨੇ ਨਾ ਉਹਨਾਂ ਨੂੰ ਥੋੜੇ ਕੰਮ ਚੱਲਣ ਤੇ ਮਤਲਬ ਨਾ ਕੰਮ ਪਿਟਣ ਤੇ ਸਵਾਦ ਲੈਣਾ ਬਸ ਉਹਨਾਂ ਨੇ ਸਵਾਦ ਲੈਣਾ ਗੱਲ ਦਾ ਸਾਥ ਚ ਬਹਿ ਕੇ ਫਲਾਣੇ ਵਾਲਾ ਤਾਂ ਗਿਆ ਯਾਰ ਹੁਣ ਹਾਂ ਕਿੱਲਾ ਦੇ ਉਹ ਕਿੱਲੇ ਵਿੱਚੋਂ ਵਿੱਚੋਂ ਹੈ ਬਾਈ ਜੀ ਮੈਂ ਸਾਰੇ ਪਿੰਡਾਂ ਦੀਆਂ ਸੀ ਚੰਗੀਆਂ ਗੱਲਾਂ ਮੰਨਦੇ ਆ ਤੇ ਉਹ ਚ ਇੱਕ ਨੈਗੇਟਿਵ ਗੱਲ ਆ ਆ ਜ਼ਰੂਰ ਹੈ ਹਾਂ ਭਾਈ ਵੀ ਆ ਬੇਲੂੜਾ ਇਹ ਮੈਂ ਗੱਲ 'ਚ ਸਵਾਦ ਲੈਣਾ ਤੁਸੀਂ ਕੁਝ ਕੱਢਣਾ ਨਹੀਂ ਪਾਉਣਾ ਨਹੀਂ ਪਰ ਨੈਗੇਟਿਵਿਟੀ ਹੀ ਨਹੀਂ ਹੁੰਦੀ ਵੀ ਥੋੜੇ ਬੰਦੇ ਹੁੰਦੇ ਵੀਰੇ ਥੋੜੇ ਬੰਦੇ ਹੁੰਦੇ ਆ ਉਹਨਾਂ ਨੇ ਨਾ ਤੁਹਾਡੇ ਖੇਤ 'ਚੋਂ ਕਿੰਨੇ ਬੰਦੇ ਅੱਜ ਤੁਹਾਡੇ ਖੇਤ 'ਚ ਲੇਬਰ 'ਚ ਐਂਟਰ ਹੋ ਗਏ ਹੂੰ ਉਹਨਾਂ ਦੀ ਕਿੰਨੀ ਦਿਹਾੜੀ ਬਣਦੀ ਆ ਸਾਰੇ ਬੰਦਿਆਂ ਦੀ ਟੋਟਲ ਕਿੰਨਾ ਖਰਚਾ ਬਣ ਗਿਆ ਟਰੈਕਟਰ ਤੇ ਡੀਜ਼ਲ ਕਿੰਨਾ ਲੱਗ ਗਿਆ ਹੂੰ ਯਾਰ ਇਹਨਾਂ ਨੂੰ ਹਿਸਾਬ ਹੁੰਦਾ ਤੁਹਾਨੂੰ ਭਾਵੇਂ ਨਾ ਸਾਨੂੰ ਪਤਾ ਨਹੀਂ ਆਉਂਦਾ ਵੀ ਉਹਨਾਂ ਨੂੰ ਹੁੰਦਾ ਵੀ ਅੱਜ ਚੰ 5000 ਰੁਪਏ ਇਹਨਾਂ ਖਰਚਤਾ ਯਾਰ 3000 ਤਾਂ ਦਿਹਾੜੀ ਹੀ ਲੱਗੇ ਹੋਣੇ ਆ ਵੀ 5000 ਰੁਪਏ ਖਰਚਤਾ ਯਾਰ ਬੜਾਉ ਕਿੱਥੋਂ ਹੈ ਹਾਂ ਉਹਨਾਂ ਨੂੰ ਇਹ ਬੜਾ ਫਿਕਰ ਹੁੰਦਾ ਵਰਲਡ ਬੈਂਕ ਚ ਸਟ੍ਰੈਟੇਜਿਸਟ ਲੱਗਣੇ ਚਾਹੀਦੇ ਇਹ ਜਿਹੇ ਬੰਦੇ ਜਿਹੜੇ ਇੱਥੇ ਸਾਡੀਆਂ ਸੱਤਾਂ ਚ ਫ੍ਰੀ ਬੈਠੇ ਵਿਚਾਰੇ ਬਿਲਕੁਲ ਕਿਹੜੇ ਦੇਸ਼ ਦੀ ਆਰਥਿਕਤਾ ਤਾਂ ਤਾਹ ਨੂੰ ਜਾਊਗੀ ਬੈਠੇ ਜਿਵੇਂ ਬੰਦੇ ਵੀ ਆਰਥਿਕਤਾ ਦੱਸਦੇ ਆ ਬਿਲਕੁਲ 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 ਭਾਈ ਅੱਛਾ ਪਰ ਫਿਰ ਇਹ ਵੀ ਸੱਚ ਹੈ ਇੱਕ ਜੇ ਉਹ ਨੈਗੇਟਿਵ ਪੁਆਇੰਟ ਆਪਣੇ ਚ ਵੀ ਜਦੋਂ ਤੁਸੀਂ ਕੁਝ ਹਾਸਲ ਕਰ ਲੈਂਦੇ ਹੋ ਹਾਂਜੀ ਫਿਰ ਲੋਕਾਂ ਦਾ ਨਜ਼ਰੀਆ ਤੁਹਾਡੇ ਪ੍ਰਤੀ ਦੂਜਾ ਹੋ ਜਾਂਦਾ ਬਿਲਕੁਲ ਫਿਰ ਉਹ ਚਾਹੁੰਦੇ ਆ ਵੀ ਸਾਨੂੰ ਵੀ ਇਹੋ ਜਿਹਾ ਸਾਡੇ ਜਵਾਕ ਨੂੰ ਵੀ ਇਹੋ ਜਿਹਾ ਕਰਾ ਦੇ ਕੋਈ ਸਾਨੂੰ ਵੀ ਦੱਸ ਹਾਂਜੀ ਫੇਰ ਉਸ ਤੋਂ ਬਾਅਦ ਕਈ ਵਾਰ ਬੰਦੇ ਦਾ ਕੋਈ ਰਿਲੇਟਿਵ ਆ ਗਿਆ ਉਹਨੂੰ ਫਾਰਮ ਦਿਖਾਉਣ ਆ ਗਏ ਫਿਰ ਥੋੜੀ ਗੁੱਡਵਿਲ ਵੀ ਥੋੜੀ ਜ਼ਿਆਦਾ ਤੁਹਾਨੂੰ ਆਪ ਨੂੰ ਵੀ ਪ੍ਰੋਆਇਲਡ ਹੁੰਦਾ ਹੈ ਨਾ ਵੀ ਜੇ ਮੈਂ ਯਾਰ ਕੁਝ ਕੀਤਾ ਤਾਂ ਮੈਂ ਹੁਣ ਤੁਸੀਂ ਵੀਰ ਅੱਜ ਮੇਰੇ ਲਈ ਫਾਰਮ ਤੇ ਚੱਲ ਕੇ ਆਇਓ ਕਿਸੇ ਦੇ ਕਹਿਣ ਤੇ ਮੇਰੇ ਲਈ ਤੁਸੀਂ ਆਇਓ ਤੇ ਮੈਨੂੰ ਵੀ ਬੜਾ ਗੁੱਡ ਫੀਲ ਹੁੰਦਾ ਵੀ ਜੇ ਮੈਂ ਯਾਰ ਕੁਝ ਨਾ ਕੁਝ ਕਮਾਇਆ ਸਾਡਾ ਦੱਸਦਾ ਕਿਸੇ ਦੇ ਕਹਿਣ ਤੇ ਕੀ ਉਹ ਬਾਈ ਨਾ ਜਦੋਂ ਗੱਲ ਕਰਦਾ ਮੈਂ ਤਾਂ ਦਵਿੰਦਰ ਬਾਈ ਨਾ ਹੋਰ ਕਦੇ ਫੋਨ ਨਹੀਂ ਘਟਿਆ ਤੁਹਾਡਾ ਨਾਲ ਆਏ ਬਣਾ ਇਹ ਜੀ ਕੋਈ ਸਾਡੇ ਚ ਫੋਨ ਤੇ ਗੱਲ ਨਹੀਂ ਹੋਈ ਜਦੋਂ ਤੁਹਾਡਾ ਨਾਂ ਆ ਹੋਵੇ ਉਹ ਮੈਂ ਜਿੱਦੇ ਕੋਈ ਇੰਟਰਵਿਊ ਕਰਨ ਜਾਣਾ ਬਾਈ ਨਾ ਕਿਸੇ ਮੁੱਦੇ ਤੇ ਤੇ ਉਹਦੇ ਵੀ ਗੱਲ ਮੈਂ ਤਾਂ ਤਾਂ ਹੀ ਸੀ ਮੈਂ ਕਿਹਾ ਯਾਰ ਹੁਣ ਬਾਈ ਹਨਾ ਮੈਂ ਵੀ ਬਾਈ ਮਿਹਰਬਾਨਾ ਹਯਾਰ ਸ਼ੋਅ ਕਰਕੇ ਕਿਉਂਕਿ ਵੈਸੇ ਵੀ ਬਾਈ ਬਾਰੇ ਮੈਂ ਜਿੰਨਾ ਕੁਝ ਜਾਣੀ ਬੈਠਾ ਹੁਣ ਨਹੀਂ ਮੈਨੂੰ ਆਪ ਨੂੰ ਬੋਲਣਾ ਤੂੰ ਇੱਕ ਦਿਨ ਦੀ ਬਾਈ ਨਹੀਂ ਨਹੀਂ ਬਿਲਕੁਲ ਵੀਰੇ ਬਹੁਤ ਵਧੀਆ ਦਰਅਸਲ ਨਾ ਪਿਆਰ ਮੁਹੱਬਤ ਦੀ ਗੱਲ ਹੁੰਦੀ ਹੈ ਜਦੋਂ ਵੀ ਅਸੀਂ ਕਿਤੇ ਕਿਤੇ ਵੀ ਜਾਣਾ ਤਾਂ ਅਸੀਂ ਦੋਨੇ ਇਕੱਠਿਆਂ ਨੇ ਜਾਣਾ ਤੇ ਫੌਰਨ ਵੀ ਜਾਣਾ ਇਕੱਠਿਆਂ ਨੇ ਜਾਣਾ ਸਾਰਾ ਕੰਮਕਾਰ ਵੀ ਜੋ ਵੀ ਕਰਨਾ ਸਾਰਾ ਇਕੱਠਿਆਂ ਨੇ ਕਰਨਾ ਕਦੇ ਇੱਕ ਦੂਜੇ ਤੋਂ ਕੋਈ ਸੁਪਾਕੇ ਨਹੀਂ ਰੱਖੀ ਗੱਲਬਾਤ ਪਰਿਵਾਰ ਇੱਕ ਗੱਲ ਨਹੀਂ ਕੋਈ ਹੋਰ ਗੱਲ ਨਹੀਂ ਜੀ ਇੱਕ ਸੌਰੀ ਵਿੱਚ ਹੀ ਕੱਟਦਾ ਤੁਹਾਨੂੰ ਉਹ ਪੌਲੀ ਹਾਊਸ ਦਾ ਤੇ ਇਹਦਾ ਫਰਕ ਨਹੀਂ ਹੈਗਾ ਇਹ ਚ ਜਾਈ ਜੀ ਇਹ ਕੀ ਫਰਕ ਹੁੰਦਾ ਈ ਉਹ ਉਹਦੇ ਵਿੱਚ ਜਿਹੜਾ بارش ਦਾ ਪਾਣੀ ਆ ਬਿਲਕੁਲ ਵੀ ਨਹੀਂ ਜਾਂਦਾ ਇੱਕ ਬੂੰਦ ਵੀ ਨਹੀਂ ਜਾਂਦੀ ਜੀ ਠੀਕ ਹੈ ਜੀ ਇਹਦੇ ਵਿੱਚ ਸਿਰਫ ਕੱਲਾ بارش ਦਾ ਪਾਣੀ ਜਾਂਦਾ ਬਾਕੀ ਸਾਰਾ ਕੁਝ ਉਦਾਂ ਹੀ ਆ ਓਕੇ ਠੀਕ ਆ ਸਮਝ ਗਏ ਜੀ ਹਾਂਜੀ ਬਾਕੀ ਟੈਂਪਰੇਚਰ ਨੂੰ ਮੀ ਰੱਖਦਾ ਉਹ ਕੰਟਰੋਲ ਕਰਕੇ ਟੈਂਪਰੇਚਰ ਨੂੰ ਸੇਮ ਸੇਮ ਹੈ ਜੀ ਸੇਮ ਸੇਮ ਸੂਰਜ ਦੀਆਂ ਕਰਨਾ ਸੋਧ ਹੁੰਦਾ ਹਾਂ ਜੀ ਸੇਮ ਸੇਮ ਹੈ ਸੇਮ ਅੱਛਾ ਬਾਈ ਦਾ ਖੇਤ ਜਿਹੜਾ ਪੂਰਾ ਖੇਤ ਹੈ ਇਹਦਾ ਦੂਜਾ ਪਾਸਾ ਆ ਗਿਆ ਇੱਥੇ ਬਾਈ ਲਈ ਬੈਠਿਆ ਗੇਟ ਗੂਟ ਪੂਰਾ ਜਿਚਾ ਕੇ ਤੇ ਸੋਲਰ ਕਿੰਨਾ ਜਿਹੜਾ ਵਾ ਬਾਈ ਇੱਥੇ ਸੋਲਰ 10 ਕਿਲੋਵਾਟ ਦਾ ਲੱਗਿਆ ਵੀਰ ਜੀ 10 10 ਐਚਪੀ ਦੀ ਮੋਟਰ ਚਲਾਉਂਦਾ ਵੀਰ ਸਹੀ ਹੈ ਜੀ ਤੇ ਆਹ ਕਿੰਨੀ ਥਾਂ ਚ ਪਟਿਆ ਬਾਈ ਟੋਆ ਇਹ ਅੱਧਾ ਕਿੱਲੇ ਚ ਅੱਧਾ ਏਕੜ ਚ ਪਟਿਆ ਬਾਈ ਮੱਛੀ ਛੱਡੀਆ ਵਿੱਚ ਹਾਂ ਭਾਈ ਮੱਛੀ ਛੱਡੀਆ ਵਿੱਚ ਹਾਂ ਵੀ ਥੋੜਾ ਕੰਮ ਸੂਤ ਆ ਨਾਲੇ ਪਾਣੀ ਜਮਾ ਪਿਆਗਾ ਨਾਲੇ ਪਾਣੀ ਜਮਾ ਪਿਆ ਨਾਲੇ ਥੋੜੀ ਕਹਿੰਦੇ ਵੀ ਇਨਕਮ ਵੀ ਹੋ ਜੂਗੀ ਨਾਲੇ ਕਹਿੰਦੇ ਪਾਣੀ ਦੀ ਨਿਊਟ੍ਰੀਐਂਟ ਵੈਲਿਊ ਵੀ ਉਵੱਬ ਹੋ ਜੂਗੀ ਨਹੀਂ ਨਹੀਂ ਵੈਸੇ ਵੀ ਮੱਛੀ ਯਾਰ ਸਵਾਦ ਬਹੁਤ ਹੁੰਦੀ ਆ ਬਿਲਕੁਲ ਜੀ ਇਹਦਾ ਮੱਛੀ ਸਭ ਤੋਂ ਵਧੀਆ ਪਲੇਟ 'ਚ ਭਾਈ ਵਧੀਆ ਲੱਗਦੀ ਆ ਹਾਂਜੀ ਬਾਈ ਜੀ ਨਾਲੇ ਸੀ ਵੀ ਦੇਖੋ ਪਾਣੀ ਤਾਪਾ ਨੂੰ ਸਟੋਰ ਕਰਨੀ ਕਰਨਾ ਸੀ ਆਪਣੇ ਲਵੇ ਸੋਰਸ ਪਿਆ ਸਾਰਾ ਕੁਸ ਪਿਆ ਚਲੋ ਜੇ ਇਨਕਮ 25-30000 50000 ਰੁਪਏ ਸਾਲ ਦੀ ਇਨਕਮ ਨਾਲ ਜੁੜਦੀ ਹੈ ਚੰਗੀ ਗੱਲ ਹੈ ਨਹੀਂ ਇੱਕ ਬਾਈ ਜੀ ਹੋਰ ਵੀ ਵਧੀਆ ਚੀਜ਼ ਹੋਈ ਹੁਣ ਹਾਂ ਜੀ ਹੁਣ ਜਿਹੜਾ ਇਹ ਕਾਗਜ਼ ਪਵਾਉਣ ਲੱਗੇ ਨਾ ਇਹਨੇ ਬਹੁਤ ਬਚਤ ਕਰੀ ਆ ਆ ਜਿਹੜਾ ਹੁਣ ਕੋਈ ਵੀ ਤਲਾ ਪੱਟੋ ਤੁਸੀਂ ਟੋਆ ਛੱਪੜ ਪੱਟੋ ਹਾਂ ਬਾਈ ਆਸੇ ਪਾਸੇ ਕਾਗਜ਼ ਪੈ ਜਾਣਾ ਉਹ ਪੱਕੇ ਵਾਲਾ ਖਰਚਾ ਬਹੁਤ ਨਹੀਂ ਆਇਆ ਸੀ ਬਾਈ ਬਾਈ ਜੀ ਵਿੱਚ ਖਰਚਾ ਵੀ ਸੀ ਜੋ ਜਿੰਨੀਕ ਮੈਨੂੰ ਜਾਣਕਾਰੀ ਹੈਗੀ ਆ ਉਹਦੇ ਦਰਅਸਲ ਉਹ ਕਹਿੰਦੇ ਵੀ ਇਟਾ ਪਾਣੀ ਬਹੁਤ ਪੀਂਦੀਆਂ ਸੀ ਬਾਈ ਜੀ ਮਾਈਕਾ ਅੱਛਾ ਸਾਡੇ ਨਾਲ ਹੋ ਗਈ ਇੱਕ ਝੇੜ ਬਾਈ ਦਾ ਜਿਹੜਾ ਸੀਗਾ ਬਾਈ ਦਾ ਮਾਈਕਾ ਉਹਦੇ ਮੁੱਕ ਗਿਆ ਸੈੱਲ ਅਸੀਂ ਹੁਣ ਕਾਰ ਕੋਲੇ ਜਾ ਕੇ ਗੱਲ ਕਰਦੇ ਆਂ ਥੋੜਾ ਜਿਹਾ ਬ੍ਰੇਕ ਅਸੀਂ ਵਾਪਸ ਦੁਬਾਰੇ ਆ ਗਏ ਤੇ ਬਾਈ ਦੇ ਜਿਹੜਾ ਮਾਈਕ ਸੀਗਾ ਉਹਦੇ ਸੈੱਲ ਵੀ ਅਸੀਂ ਹੁਣ ਅਸੀਂ ਸੈੱਟ ਕਰ ਲੇ ਆਪਣੀ ਗੱਲ ਕਿੱਥੇ ਰਹੀ ਸੀ ਮੈਂ ਤਾਂ ਭੁੱਲ ਭਲਕੜ ਬਾਹ ਮੇਰੀ ਭੁੱਲਣ ਸ਼ਕਤੀ ਬੜੀ ਤੇਜ਼ ਹੋਈ ਪਈ ਆ ਹਾਂ ਬਾਈ ਚਲੋ ਉਹ ਤਾਂ ਵੈਸੇ ਆਪਾਂ ਪਾਣੀ ਪੂਣੀ ਬਾਰੀ ਗੱਲ ਕਰਦੇ ਹਾਂ ਨਾ ਵੀ ਪਾਣੀ ਚ ਬਚਾਅ ਹੋ ਗਿਆ ਬਾਹਰ ਜਾਣੇ ਕੋਈ ਲੱਗਦਾ ਵੀ ਆਪਾਂ ਯਾਰ ਇਹੋ ਜਿਹੀਆਂ ਤਕਨੀਕਾਂ ਆਪਾਂ ਵੀ ਲੈ ਆ ਗਏ ਕੁਝ ਇਹੋ ਜਿਹੀਆਂ ਹੈਗੀ ਹਾਂਜੀ ਪਨੀਤ ਜਿਹੜੇ ਤੁਸੀਂ ਆਹ ਮਾਡਲ ਦੇਖਿਆ ਹਾਂ ਇਹ ਸੋਚ ਉੱਥੇ ਦੀ ਹੋਇਆ ਸੀ ਤਾਂ ਉੱਥੋਂ ਹੀ ਕਾਪੀ ਕੀਤਾ ਜੀ ਹਾਂ ਠੀਕ ਹੈ ਆ ਤੇ ਉੱਥੋਂ ਹੀ ਕਾਪੀ ਕਰ ਕਰਕੇ ਹੁਣ ਜਿਵੇਂ ਨਵੀਆਂ ਤਕਨੀਕਾਂ ਨੇ ਅੱਜਕੱਲ ਹੋਰ ਹੱਜੇ ਦਾ ਬਹੁਤ ਕੁਝ ਰਹਿੰਦਾ ਆਪਣੀਤ ਬਾਹਰਲਾ ਚੀਜ਼ਾਂ ਨੂੰ ਅਡਾਪਟ ਕਰਨ ਲਈ ਆਪਣੀ ਖੇਤੀ ਕੋਈ ਮਾੜੀ ਖੇਤੀ ਨਹੀਂ ਅਸੀਂ ਸਾਡੀ ਉਹਨਾਂ ਨੂੰ ਫੋਰਨ ਚ ਅਸੀਂ ਜਾਂਦੇ ਰਹਿੰਦੇ ਹਾਂ ਮੈਂ ਤੇ ਦਵਿੰਦਰ ਭਾਈ ਹਰ ਦੋ ਤਿੰਨ ਸਾਲਾਂ ਬਾਅਦ ਜੌਰਪ ਦੇ ਟੂਰ ਲਗਾਨੇ ਆ ਅਸੀਂ ਜਿਆਦਾ ਸਾਨੂੰ ਪੋਲੀ ਹੌਸਪੀਟਲ ਜਿਆਦਾ ਚ ਕੋ ਸਾਨੂੰ ਇਟਲੀ ਤੇ ਸਪੇਨ ਨੇ ਕੀਤਾ ਅੱਛਾ ਉੱਥੇ ਐ ਵਧੀਆ ਖੇਤੀ ਉੱਥੇ ਬਹੁਤ ਪੋਲੀ ਹਾਊਸ ਲੱਗੇ ਹੋਏ ਸੀ ਅਸੀਂ ਪਹਿਲੀ ਵਾਰ ਸਪੇਨ ਵਿਜਿਟ ਕਰਨ ਗਏ ਇਟਲੀ ਤੇ ਸਪੇਨ ਵਿਜਿਟ ਕਰੀ ਮੈਂ ਤੇ ਦਵਿੰਦਰ ਬਾਈ ਨੇ ਆਪਣੇ ਖਰਚੇ ਤੇ ਕਿਸੇ ਤੇ ਕੋਈ ਖਰਚਾ ਨਹੀਂ ਕਿਸੇ ਤੋਂ ਕੋਈ ਮਦਦ ਨਹੀਂ ਕਿਸੇ ਤਰ੍ਹਾਂ ਦੀ ਤੇ ਉੱਥੇ ਅਸੀਂ ਪੋਲੀ ਹਾਊਸ ਵਿਜਿਟ ਕੀਤੇ ਅਤੇ ਉਹਨਾਂ ਦਾ ਬਹੁਤ ਜਾਨੀ ਕਿ ਹਜੇ ਸਾਡੇ ਵਿੱਚ ਕਮੀਆਂ ਹੈਗੀਆਂ ਨੇ ਬਹੁਤ ਤੁਸੀਂ ਹਜੇ ਚਲੋ ਸਾਨੂੰ ਬਹੁਤ ਤੁਸੀਂ ਸਾਵਾਸੇ ਦਿੱਤੀ ਹੈ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਜਦ ਤੁਸੀਂ ਕਹਿੰਦੇ ਥੋੜੀ ਬਹੁਤ ਸੋਹਣੀ ਕੀਤੀ ਹੈ ਸਾਨੂੰ ਬਹੁਤ ਚੰਗਾ ਲੱਗਿਆ ਸਾਨੂੰ ਹੋਰ ਆਪਣੇ ਆਪ ਕਰਨ ਚ ਕਾਫੀ ਮਦਦ ਮਿਲਦੀ ਹੈ ਵੀ ਹੋਰ ਚੰਗਾ ਕਰੀਏ ਉਹਨਾਂ ਦੇ ਵਿੱਚ ਅੰਦਰ ਜਿਵੇਂ ਤੁਸੀਂ ਸਾਡੇ ਕਿਤੇ ਮਿੱਟੀ ਦਿਖ ਰਹੀ ਹੈ ਉਹਨਾਂ ਦੀ ਤਕਨੀਕ ਚ ਕਿਤੇ ਮਿੱਟੀ ਨਹੀਂ ਮੈਟ ਬਸਾ ਕੇ ਰੱਖਦੇ ਨੇ ਸਾਰੇ ਸਾਰੇ ਉਹਦੇ ਚ ਮੈਟ ਅਸੀਂ ਵੀ ਸੋਚਦੇ ਹਾਂ ਵੀ ਅਸੀਂ ਮੈਟ ਬਸਾ ਕੇ ਰੱਖੀਏ ਉਹ ਜਿਵੇਂ ਅਸੀਂ ਨਿਊਟ੍ਰੀਐਟ ਜਿੰਨੇ ਪਾਣੀ ਦੇ ਨਾਲ ਨਿਊਟ੍ਰੀਸ਼ਨ ਦਿੰਨੇ ਆ ਸੌਰੀ ਉਹਨੇ ਆਟੋ ਲਾਇਆ ਹੋਇਆ ਜਿੰਨੇ ਲੋੜਾ ਉਹਨਾਂ ਹੀ ਲਾ ਲਿਆ ਆਪਣੇ ਆਪ ਉਹਨੇ ਪੀਸੀ ਪੀਏ ਪੀਐਚ ਈਸੀ ਪੀਐਚ ਈਸੀ ਦੋਨੇ ਚੀਜ਼ਾਂ ਨੂੰ ਪ੍ਰੋਪਰ ਪlant ਦੀ ਜੋ ਰਿਕੁਆਇਰਮੈਂਟ ਹੈ ਉਹਦੇ ਹਿਸਾਬ ਨਾਲ ਦੇਣੀਆਂ ਨੇ ਉਸ ਨਾਲ ਅਸੀਂ 25 ਤੋਂ 30% ਹੋਰ ਜ਼ਿਆਦਾ ਇਨਕਮ ਜ਼ਿਆਦਾ ਲੈ ਸਕਦੇ ਆ ਹੂੰ ਇਹ ਚੀਜ਼ਾਂ ਜੇ ਆਉਂਦੀਆਂ ਤਾਂ ਇਹ ਵੱਧ ਸਕਦਾ ਵੱਧ ਸਕਦਾ ਕਾਫੀ ਕਾਫੀ ਜ਼ਿਆਦਾ ਭਵਿੱਖ ਬਣ ਸਕਦਾ ਕਿਉਂਕਿ ਖੇਤੀ 'ਚ ਕੋਈ ਇਹ ਨਹੀਂ ਹੈ ਵੀ ਕਿਤੇ ਖਰੋਤ ਹੈ ਵੀ ਇੰਨੀ ਕੀ ਨਕਮ ਹੋ ਸਕਦੀ ਬਹੁਤ ਜ਼ਿਆਦਾ ਹੋ ਸਕਦੀ ਹੈ ਬਹੁਤ ਇਨਕਮ ਹੋ ਸਕਦੀ ਭਵਿੱਖ ਲੱਗਦਾ ਤੁਹਾਨੂੰ ਖੇਤੀ ਬਹੁਤ ਵੱਡਾ ਫਿਰ ਆਪਾਂ ਬਾਹਰ ਕਿ ਭੱਜੀ ਜਾਨੇ ਬਾਹਰ ਭੱਜਣ ਦਾ ਪਨੀਤ ਮੈਂ ਤਾਂ ਇੱਕੋ ਕਾਰਨ ਦੇਖਿਆ ਵੀ ਉਰੇ ਬੰਦਾ ਕੰਮ ਕਰਨਾ ਮੰਨਦਾ ਨਹੀਂ ਉੱਥੇ ਜਾ ਕੇ ਬੰਦਾ ਉਹੀ ਬੰਦਾ ਆਪਣੇ ਤਮੈ ਚਲੋ ਆਪਣੇ ਆਪ ਤਾਂ ਨਹੀਂ ਕਹਿ ਸਕਦਾ ਮੈਂ 16 ਘੰਟੇ 15 ਤੋਂ 16 ਘੰਟੇ ਕੰਮ ਕਰਦਾ ਆਪ ਦੇ ਖੇਚ ਆਪਣਾ ਖੇਚ ਉੱਥੇ ਜਾ ਕੇ ਬੰਦਾ ਵੀ ਇੰਨੀ ਕੰਮ ਕਰਦਾ ਉੱਥੇ ਜਾ ਕੇ ਬੰਦਾ ਔਖਾ ਇੱਥੇ ਨਾਲੋਂ ਉਰੇ ਆਪਣਾ ਪਰਿਵਾਰ ਆ ਰਿਸ਼ਤੇਦਾਰ ਹੋਰ ਆਪਣੇ ਸੌਂਕ ਨੇ ਜਿਹੜੇ ਤੁਸੀਂ ਪੂਰੇ ਆਪ ਦੇ ਘਰ ਇੰਜੋਏ ਕਰ ਸਕਦੇ ਹੋ ਮੈਂ ਜਿਵੇਂ ਹੋਣਾ ਸੀ ਮੈਂ ਤੇ ਮੇਰੀ ਮੈਸੇਜ ਹੈਗੀਆਂ ਬੱਚੇ ਸਾਡੇ ਬੋਰਡਿੰਗ ਸਕੂਲ ਚ ਪੜ੍ਹਦੇ ਸੀ ਅਸੀਂ ਦੋਨੇ ਰਹਿੰਦੇ ਹਾਂ ਫਾਰਮ ਤੇ ਤੇ ਅ ਅਸੀਂ ਸਾਮ ਨੂੰ ਆਪਣਾ ਹੁਣ ਲੇਬਰ ਦੀ ਸੁੱਟੀ ਹੋ ਗਈ ਲੇਬਰ ਆਪਣੇ ਕੰਮ ਕਰਨ ਵਾਲੇ ਘਰੋਂ ਚਲੇ ਗਏ ਅਸੀਂ ਹਫਤੇ 'ਚ ਇੱਕ ਦੋ ਵਾਰ ਅਸੀਂ ਪਟਿਆਲੇ ਚਲੇ ਜਾਂਦੇ ਆ ਸਹੀ ਹੈ ਠੀਕ ਹੈ ਨਾ ਜੀ ਤੇ ਉੱਥੇ ਨਾਲੋਂ ਉਰੇ ਜ਼ਿੰਦਗੀ ਸੌਖੀ ਹੈ ਕਾਫੀ ਸੌਖੀ ਹੈ ਉੱਥੇ ਨਾਲੋਂ ਜੇ ਬੰਦਾ ਸੂਝਵਾਨ ਨਾਲ ਰਹਿ ਕੇ ਆਪਣੇ ਲਿਮਟਡ ਦੇ ਜਿੰਨੇ ਵੀ ਤੁਹਾਡੇ ਸਾਨੂੰ ਹਰ ਇਨਸਾਨ ਨੂੰ ਪਨੀਤ ਇਹ ਪਤਾ ਹੁੰਦਾ ਹੈ ਵੀ ਮੇਰਾ ਇਨਕਮ ਇੰਨੀ ਹੈਗੀ ਹੈ ऐसा कोई इंसान नहीं जिन्नू ना पता होवे पर भाई तू ਤੁਸੀਂ ਜਿਵੇਂ ਦੱਸਿਆ ਨਾ ਥੋੜੀ ਮੈਨੂੰ ਤਾਂ ਇਹ ਗੱਲ ਵਧੀਆ ਲੱਗੀ ਵੀ ਯਾਰ ਜਿੰਨਾ ਕਫਾਉ ਪੈਂਦਾ ਉਹਨਾਂ ਉਹਨਾਂ ਕੰਮ ਵਧਾਓ ਬਿਲਕੁਲ ਹਣਾ ਹਾਂ ਭਾਈ ਮੈਂ ਵੀ ਜਿਵੇਂ ਤੁਸੀਂ ਗੱਲ ਕੀਤੀ ਐ ਮੈਂ ਪਹਿਲਾਂ ਸ਼ੁਰੂ ਤੋਂ ਵੀ ਮੈਂ ਕਦੇ ਜਾਨੀ ਕਿ ਮੈਰ ਤੇ ਦਵਿੰਦਰ ਦੀ ਦੋਨਾਂ ਦੀ ਬਹੁਤ ਨੇਚਰਲੀ ਸਾਡੀ ਸੋਚ ਹੈਗੀ ਆ ਵੀ ਲਿਮਟ ਦੇ ਪੈਸਿਆਂ ਨਾਲ ਕੋਈ ਕੰਮ ਨਹੀਂ ਕਰਨਾ ਠੀਕ ਹੈ ਵੀ ਜਿੰਨੇ ਜਿੰਨਾ ਇਨਕਮ ਹੈਗੀ ਆਪਾਂ ਨੂੰ ਸ਼ੋਰ ਲੱਗਦਾ ਵੀ ਇੰਨੀ ਇਨਕਮ ਹੈ ਆਪਣੀ ਹੁਣ ਉਨੀ ਇਨਕਮ ਦੇ ਨਾਲ ਜਿੰਨੇ ਤੁਹਾਨੂੰ ਪੈਸੇ ਤੁਹਾਡੇ ਲਵੇ ਹੈਗੇ ਨੇ ਬਣਦੇ ਨੇ ਜਮਾ ਵੀ ਕਰਕੇ ਨਹੀਂ ਰੱਖੇ ਬਾਈ ਐ ਹੋਵੇ ਵੀ ਐ ਜਮਾ ਕਰਕੇ ਰੱਖਿਆ ਕੋਈ ਨਹੀਂ ਸੇਵਿੰਗ ਕੋਈ ਮਨੀ ਨਹੀਂ ਰੱਖੀ ਉਹ ਕੰਮ ਅੱਗੇ ਅੱਗੇ ਉਹੀ ਬਧਾਈ ਜਨੇ ਜਿਵੇਂ ਉਹਨਾਂ ਤੁਹਾਡੇ ਨਾਲ ਇੱਕ ਗੱਲ ਕੀਤੀ ਆ ਅਸੀਂ ਸਾਡੀ ਰੋਜ਼ ਡਿਸਕਸ ਜਿਆਦਾ ਹੁਣ ਆਟੋਮੈਸ਼ਨ ਤੇ ਬਹੁਤ ਜ਼ਿਆਦਾ ਚੱਲ ਰਹੀ ਹੈ ਠੀਕ ਹੈ ਜੀ ਉਹਦੇ ਨਾਲ ਕੰਮ ਕਾਫੀ ਸਕਾਲਾ ਹੋ ਜਾਊਗਾ ਕਾਫੀ ਸੌਖਾ ਹੋ ਜਾਊਗਾ ਉਹਨੂੰ ਕਮਾਂਡ ਹੀ ਦੇਣੀ ਹੈਗੀ ਆ ਕੰਪਿਊਟਰ ਨੂੰ ਤੇ ਉਸ ਤੋਂ ਬਾਅਦ ਉਹਨੇ ਆਪਣੇ ਆਪ ਜਿੰਨੇ ਬੋਟਲਰ ਪਲਾਂਟ ਨੂੰ ਪਾਣੀ ਦੀ ਰਿਕੁਆਇਰਮੈਂਟ ਹੈ ਵੀ ਜਿਵੇਂ ਹੁਣ ਗਰਮੀ ਥੋੜੀ ਜ਼ਿਆਦਾ ਹੋ ਗਈ ਹੁਣ ਆਹ ਦਿਨਾਂ 'ਚ ਗਰਮੀ ਜ਼ਿਆਦਾ ਹੋ ਗਈ ਅ ਇਸ ਇਸ ਦੇ ਵਿੱਚ ਹਮਿਡੀਟੀ ਵੀ ਕਾਫੀ ਘਟ ਹੈਗੀ ਹੈ ਪਾਣੀ ਦੀ ਮਾਤਰਾ ਹਵਾ 'ਚ ਘਟ ਹੈ ਜੀ ਹੂੰ ਉਹਨੇ ਆਪਣੇ ਆਪ ਉਹਨੇ ਸਿਸਟਮ ਨੇ ਉਹਨਾ ਟਾਈਮ ਵੱਧ ਚਲਾ ਦੇਣਾ ਜਦੋਂ ਹੁਣ ਅੱਗੇ ਜਾ ਕੇ ਜੁਲਾਈ 'ਚ ਬਾਰਸ਼ਾਂ ਹੋ ਗਈਆਂ ਪਾਣੀ ਦੀ ਹਵਾ 'ਚ ਮਾਤਰਾ ਜ਼ਿਆਦਾ ਹੋ ਗਈ ਪੱਤੇ ਨੂੰ ਪਾਣੀ ਦੀ ਜ਼ਰੂਰਤ ਘੱਟ ਹੈਗੀ ਹੈ ਤਾਂ ਉਹਨੇ ਪਾਣੀ ਘੱਟ ਦੇਣਾ ਹੈਗਾ ਕਈ ਵਾਰ ਸਾਨੂੰ ਆਪਣੇ ਆਪ ਜਿਵੇਂ ਸਾਡੀ ਆਪਣੇ ਆਪ ਦੇਖਣ ਨਾਲ ਅਸੀਂ ਪਾਣੀ ਕਈ ਵਾਰ ਜ਼ਿਆਦਾ ਵੀ ਦੇ ਦਿੰਦੇ ਆਂ ਹੂੰ ਕਈ ਵਾਰ ਪਲਾਂਟ ਨੂੰ ਪਾਣੀ ਕਈ ਇੱਕ ਦਿਨ ਥੋੜਾ ਜਿਹਾ ਘੱਟ ਵੀ ਰਹਿ ਜਾਂਦਾ ਉਹਦੇ ਨਾਲ ਵੀ ਸਾਨੂੰ ਥੋੜਾ ਜਿਹਾ ਨੁਕਸਾਨ ਹੁੰਦਾ ਸਹੀ ਹੈ ਕਿਉਂ ਪਲਾਂਟ ਨੂੰ ਤਾਂ ਪ੍ਰੋਪਰ ਖਾਦ ਚਾਹੀਦੀ ਹੈ ਨਾ ਜਿਵੇਂ ਹੁਣ ਆਪਾਂ ਆਪਣੇ ਆਪਣੇ ਤੇ ਬੋਡੀ ਤੇ ਆਪਣੇ ਤੇ ਡਿਪੈਂਡ ਹੈ ਜੇ ਆਪਾਂ ਖਾਣਾ ਵੱਧ ਖਾ ਲਈਏ ਤਾਂ ਆਪਣੇ ਤੇ ਮਟਾਪਾ ਆ ਜਾਂਦਾ ਹੂੰ ਜੇ ਘੱਟ ਖਾ ਲਈਏ ਤਾਂ ਆਪ ਪਤਲੇ ਹੋ ਜਾਂਦੇ ਤਾਂ ਆਪਾਂ ਨੂੰ ਅਨਡਿਫੀਸ਼ੀਐਂਸੀ ਆਉਣੀਆਂ ਲੱਗ ਜਾਂਦੀਆਂ ਨੇ ਬਿਮਾਰੀਆਂ ਫੜਨ ਲੱਗ ਜਾਂਦਾ ਬੋਡੀ ਇਹੀ ਕੰਮ ਪਲਾਂਟ ਦਾ ਸਹੀ ਤਾਂ ਚਲੋ ਬਹੁਤ ਬਹੁਤ ਤੁਹਾਨੂੰ ਸ਼ੁਭਕਾਮਨਾਵਾਂ ਜਿਹੜਾ ਕੁਝ ਤੁਸੀਂ ਆਉਣ ਵਾਲੇ ਦਿਨਾਂ 'ਚ ਕਰਨਾ ਤੇ ਵਧੀਆ ਤੁਸੀਂ ਆਪਦੇ ਪਿੰਡ 'ਚ ਜਿਹੜਾ ਇਹ ਖੇਤਾਂ 'ਚ ਬੈਠ ਕੇ ਕੰਮ ਕਰਿਆ ਇਹ ਸੱਚੀ ਕਮਾਲ ਹੈ ਰੂੜੀਆਂ ਤੇ ਸਿੱਟ ਤੇ ਤੁਸੀਂ ਖੀਰੇ ਮੈਂ ਤਾਂ ਯਾਰ ਭਾਈ ਰੂੜੀਆਂ ਵਾਲੇ ਤੋਂ ਗੱਲ ਹੁਣ ਤੁਸੀਂ ਕੱਬ ਬੰਦ ਕਰਨ ਲੱਗੇ ਹੋ ਨਾ ਨਾ ਕੋਈ ਨਹੀਂ ਇਹ ਤਾਂ ਜ ਘੰਟਾ ਚਲਾ ਲੈਣੇ ਆਪਾਂ ਨਾ ਮੈਂ ਤੁਹਾਨੂੰ ਦੱਸਦਾ ਹਾਂ ਹਾਂ 2007 ਸੇਕ ਦੀ ਗੱਲ ਹੈਗੀ ਆ ਮੈਂ ਟਰਾਲੀ ਤੇ ਜਾਂਦਾ ਹੁੰਦਾ ਸੀ ਮਰੀਲਕੋਟਲੇ ਟਮਾਟਰ ਲੈ ਕੇ ਟਰੈਕਟਰ ਟਰਾਲੀ ਤੇ ਮੈਂ ਬੜਾ ਸਫਰ ਕੀਤਾ ਹਮ ਬਾਈ ਉਸ ਦਿਨਾਂ ਚ ਟਮਾਟਰ ਨਾ ਵਿਕਣੇ ਠੀਕ ਹੈ ਜੀ ਵੱਡੇ ਵੱਡੇ ਵਿਕ ਜਾਣੇ ਜਿਹੜੀ ਗ੍ਰੇਡਿੰਗ ਕਰਕੇ ਸੋਟੇ ਲੈ ਕੇ ਜਾਂਦੇ ਟਮਾਟਰ ਉਹ ਵਿਕਣੇ ਨਾ ਉਹ ਆੜਤੀ ਨੇ ਕਹਿੰਦੇ ਨਾ ਵੀ ਭਾਈ ਆਪਦੇ ਲੈ ਜਾਓ ਚੱਕ ਕੇ ਵੀ ਅਸੀਂ ਇਹ ਮੰਡੀ ਚ ਨਹੀਂ ਸੁੱਟ ਸਕਦੇ ਹਮ ਬਾਈ ਮੈਂ ਟਰਾਲੀ ਚ ਉਹਨਾਂ ਨੇ ਲਾਦ ਤੇ ਟਮਾਟਰ ਮੈਂ ਟਰਾਲੀ ਲਈ ਆ ਰਿਹਾ ਹਾਂ ਮਰੀਲਕੋਟਲੇ ਤੋਂ ਰਸਤੇ ਚ ਮੈਂ ਇਹਨੇ ਦੇਖਿਆ ਜਦੋਂ ਅੱਗੇ ਪਿੱਛੇ ਕੋਈ ਹੈ ਨਹੀਂ ਮੈਂ ਸਾਈਡ ਤੇ ਲਾਇਆ ਸਪੈਦਿਆਂ ਮੈਂ ਉੱਥੇ ਢੇਰੀ ਕਿਤੇ ਤੇ ਮੈਂ ਉਦੋਂ ਰੇੜੀ ਤੇ ਕਿੰਨਾ ਰੇਟ ਸੀਗਾ ਉਹਦਾ ਰੇੜੀ ਵਾਲੇ ਤਾਂ ਬਾਈ ਉਹ ਹੀ 10 ਰੁਪਏ ਵੇਚਦੇ ਨੇ ਸਹੀ ਆ ਆਹ ਯਾ ਵੀ ਇੱਕ ਪੰਗਾ ਇਹ ਵੀ ਹੈਗਾ ਬਾਈ ਹਣ ਆਪਣੇ ਪ੍ਰੋਸੈਸਿੰਗ ਵਾਲਾ ਕੰਮ ਥੋੜਾ ਘੱਟ ਹੈਗਾ ਪ੍ਰੋਸੈਸਿੰਗ ਹੋ ਜਾਵੇ ਜਿਵੇਂ ਵੀ ਕੋਈ ਜ਼ਿਆਦਾ ਫालतू ਹੁੰਦੀ ਹੈ ਚੀਜ਼ ਉਹ ਪ੍ਰੋਸੈਸ ਹੋ ਜਾਵੇ ਸਟੋਰ ਹੋ ਜਾਵੇ ਉਸ ਤੋਂ ਬਾਅਦ ਥੋੜੇ ਟਾਈਮ ਬਾਅਦ ਉਹੀ ਟਮਾਟਰ 20 ਰੁਪਏ ਕਿਲੋ ਵੇਚਣ ਲੱਗ ਜਾਂਦੇ ਨੇ 25 ਰੁਪਏ ਕਿਲੋ ਵੇਚਣ ਲੱਗ ਜਾਂਦੇ ਨੇ ਇੱਕ ਮਹੀਨਾ ਲੰਘਣ ਤੋਂ ਇੱਕ ਮਹੀਨਤ ਤੋਂ ਬਾਅਦ ਸਹੀ ਸਟੋਰ ਤਾਂ ਕਰਨੀ ਪਈ ਬਿਲਕੁਲ ਬਾਈ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਮੈਂ ਕੀ ਗੱਲ ਹੀ ਕੋਈ ਨਹੀਂ ਮੈਂ ਜਿੰਨਾ ਤੁਹਾਡੇ ਬਾਰੇ ਸੁਣ ਲਿਆ ਸੀ ਭਾਈ ਦਵਿੰਦਰ ਤੋਂ ਮੈਂ ਉਹੀ ਨੰਗਦੇ ਟੱਪਦੇ ਨਹੀਂ ਆ ਜਾਣਾ ਸੀ ਮੈਨੂੰ ਪਤਾ ਸੀਗਾ ਵੀ ਤੁਹਾਡਾ ਕਿੱਥੇ ਫਾਰਮ ਪਰ ਮੈਨੂੰ ਲੋਕੇਸ਼ਨ ਤੁਸੀਂ ਭੇਜੀ ਕੱਲ ਫਿਰ ਫਿਰ ਮੈਨੂੰ ਸਹੀ ਪਤਾ ਲੱਗਿਆ ਹਾਲਾਂਕਿ ਗੂਗਲ ਬੀਬੀ ਦਾ ਤੇ ਮੈਂ ਤੁਹਾਡੇ ਬਾਰੇ ਨਾ ਬਹੁਤ YouTube ਤੇ ਤੁਹਾਡੇ ਜਿੰਨੇ ਵੀ ਤੁਸੀਂ ਪਾਉਨੇ ਹੋ ਸਟੋਰੀਜ਼ ਮੈਂ ਕਾਫੀ ਦੇਖਿਆ ਰਹਿਣਾ ਮੈਂ ਤੁਹਾਡਾ ਬਹੁਤ ਜ਼ਿਆਦਾ ਨੇੜੇ ਦਾ ਹਾਂ ਨਾ ਤੁਹਾਡਾ ਮੈਂ ਦਵਿੰਦਰ ਬਾਈ ਨੂੰ ਕਾਫੀ ਦੋ ਤਿੰਨ ਵਾਰ ਗਿਆ ਮੈਂ ਕਿਹਾ ਬਾਈ ਜਿੰਨੇ ਤੰਨੇ ਮੇਰੀ ਫਰਮਾਇਸ਼ ਨਹੀਂ ਲਈ ਬਾਈ ਨੂੰ ਵੀ ਫਾਰਮ ਤੇ ਨਹੀਂ ਆ ਕੇ ਗਿਆ ਮੈਂ ਕਿਹਾ ਵੀ ਬਾਈ ਨੂੰ ਕਹਿ ਮੇਰੇ ਬਾਰੇ ਇੱਕ ਵਾਰ ਜਰੂਰ ਦੱਸ ਨਾ ਨਾ ਖੇਚ ਦਵਿੰਦਰ ਬਾਈ ਨੇ ਦੱਸ ਉਹ ਹਟਦਾ ਨਹੀਂ ਬਾਈ ਦੱਸੇ ਨੂੰ ਤੁਹਾਡੇ ਬਾਰੇ ਚਲ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਵੀ ਜਾਉਂਦੇ ਵਕਤ ਰੋ ਨੇਰਾ ਹੋ ਗਿਆ ਭਾਈ ਅਸੀਂ ਵੀ ਤੁਰ ਕੇ ਟ ਹੈ ਹਾਂ ਧੰਨਵਾਦ ਧੰਨਵਾਦ